आप ही कर के दे। बल्ले 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 बल्ले, आ तो मेरा गुलाबो वाला प्रोग्राम ही है, पर आ की इन्होंने मेनू सैलरी देनी बंद की कीती। एडी वड्डी कोठी पा ली, प्लाट ले लिया, उत्ते खेती करी जांदे, सुखन वाला ट्यूबवैल भी ला ली। हाय ओए, मैं ते हुण खुश होके इत्थे ही प्रोग्राम करना। मैनू तो पहला प्रॉब्लम ही यही सी कि मैनू खड़ के प्रोग्राम करना पैंदा सी। मैं कहता जदों तक बैंड दा जुगाड़ नहीं करदे ना उदों तक नहीं आउंदी थड़ी गुलाबो। मैं क्या जी सारियां नू प्यार भरी सत श्री अकाल, आदाब, नमस्कार, खैर मकदम ते इस्तकबाल। की है जी तुहाडा सारिआं दा हाल चाल? तुहानू पता है मैं तुहानू सारिआं नू ना बड़ा ज़्यादा मिस कीता, लेकिन ना तुसीं मैनू मिस कीता नहीं कीता, जे कीता ना तो मैं आ गई हूँ वापस। हुण नहीं मिस करन दी लोड़, क्योंकि हुण तां होणगीआं गल्लां डायरैक्ट पंजाबो, क्योंकि आ गई एक बार फिर तो तुहाडी अपनी गुलाबो। और जे ना तुसीं सारिआं ने मैनूं मिस कीता, मेरी याद आई, और किन्नी कु याद आई, क्यों आई, ਕਿਹੜੀਆਂ ਗੱਲਾਂ ਯਾਦ ਆਉਂਦੀਆਂ ਸੀ, ਤਾਂ ਫਿਰ ਮੈਨੂੰ ਜਲਦੀ ਦੇ ਨਾਲ ਕਰ ਦਿਓ ਕਾਲ। ਨੰਬਰ ਹੈ ਮੇਰਾ ਉਹੀ ਪੁਰਾਣੇ ਵਾਲਾ ਨਾ ਵੀਰੇ ਬਬਲੂ, ਉਹੀ ਹੈ ਕਹਿੰਦਾ ਉਹੀ ਹੈ। ਨੰਬਰ ਵੀ ਨਵਾਂ ਲੈ ਲੈਣਾ ਸੀ, ਫਿਰ ਕਿਆ ਹੁੰਦਾ ਸੀ, ਹੈ ਇੱਕ ਫੋਨ ਦੀ ਲਾਈਨ ਹੀ ਸੀਗੀ, ਲੈ ਨਹੀਂ ਸੀ ਸਕਦੇ। ਇੱਕ ਇਹ ਕੈਮਰੇ ਵਾਲਾ ਭਾਈ, ਇਹ ਤਾਂ ਮੈਨੂੰ ਪੈਸਿਆਂ 'ਚ ਖਿਸਕਾਉਂਦਾ ਰਹਿੰਦਾ ਸੀ। ਐਤ ਕਈ ਵਾਰ ਨੋਟਾਂ 'ਚ ਖਿਸਕਾਈ, ਕਿ ਇੰਨੇ ਨੋਟ ਇੱਧਰ ਹੋ ਜਾਓ, ਉਨੇ ਨੋਟ ਇੱਧਰ ਹੋ ਜਾਓ। ਇੱਕ ਮੂਹਾਂ ਇੱਥੇ ਰਹਿੰਦਾ ਜੀਤੂ, ਇਹ ਕਹਿ ਦਿਓ ਅੰਡਰ ਮਾਸਟਰ ਵਾਲਾ ਫਰੇਮ ਕੱਟਣਾ, ਇਹਨਾਂ ਦੀ ਸੁਣਨੀ ਹੈ ਮੈਂ? ਮੈਂ ਤਾਂ ਭਾਈ ਗੱਲਾਂ ਤੁਹਾਡੀਆਂ ਸੁਣਨੀਆਂ। ਓਏ ਪ੍ਰੋਡਕਸ਼ਨ ਵਾਲੇ ਜੇਪੀ ਆ, ਜੇ ਐਤਕੀ ਵਾਰ ਨਾ ਮੈਂ ਜਿਹੜੀ ਚੀਜ਼ ਮੰਗੀ ਮੈਨੂੰ ਨਾ ਮਿਲੀ ਨਾ, ਮੈਂ ਘਰੇ ਮੁੜ ਜਾਣਾ। ਸਵੇਰੇ ਬਿਸਕੁਟ ਲਿਆ ਦਿਆ ਕਰ ਉਹ ਚਾਹ ਦੇ ਨਾਲ ਖਾਣ ਵਾਸਤੇ। ਅਤੇ ਨਾ 347-252-123 ਦੇ ਉੱਤੇ ਮੈਨੂੰ ਪਹਿਲੀ ਫੋਨ ਆ ਗਿਆ, ਅਤੇ ਆਪਾਂ ਜਿਹੜਾ ਟੈਲੀਫੋਨ 'ਤੇ ਗੱਲ ਕਰ ਲਈਏ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਤੁਸੀਂ ਬੁਲਾਓਗੇ ਤੇ ਮੈਂ ਤਾਂ ਹੀ ਆਉਂਗੀ ਨਾ, ਮੈਨੂੰ ਪਹਿਲਾਂ ਆਪਣਾ ਨਾਮ ਤੇ ਦੱਸੋ। ਹੈਲੋ, ਮੇਰਾ ਨਾਮ ਸਿਮਪੀ। ਸਿਮਪੀ, ਹਾਏ ਓਏ ਭੈਣੇ, ਜਿਹੜੀ ਮੇਰੀ ਨਾ ਸਾਰਿਆਂ ਨਾਲੋਂ ਖਾਸ ਸਹੇਲੀ ਹੁੰਦੀ ਨਾ, ਬੈਸਟ ਵਾਲੀ ਫਰੈਂਡ, ਉਹਦਾ ਨਾਂ ਵੀ ਸਿੰਪੀ ਹੋਈ ਆ। ਤੁਸੀਂ ਮੈਨੂੰ ਪ੍ਰੋਗਰਾਮ 'ਚ ਅੱਜ ਮੈਨੂੰ ਲੱਗਦਾ ਪਹਿਲੀ ਵਾਰੀ ਫੋਨ ਕੀਤਾ, ਮੇਰੀ ਤਾਂ ਤੁਹਾਡੀ ਤਾਂ ਗੱਲ ਹੀ ਪਹਿਲੀ ਵਾਰ ਹੁੰਦੀ ਪਈ ਆ, ਹੈ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ, ਮੈਨੂੰ ਆਹ ਦੱਸੋ ਕਿ ਮੈਂ ਨਾ ਵੈਸੇ ਤਾਂ ਗਾਇਬ ਹੋਈ ਪਈ ਸੀ ਇੱਥੋਂ ਦੀ, ਬੜੇ ਚਿਰਾਂ ਬਾਅਦ ਮੁੜ ਕੇ ਆਈ ਹਾਂ। ਇਸ ਤੋਂ ਪਹਿਲਾਂ ਗੁਲਾਬੋ ਪ੍ਰੋਗਰਾਮ ਦੇਖਿਆ ਸੀ? ਹਾਂਜੀ ਹਾਂਜੀ, ਕਈ ਵਾਰ ਦੇਖਿਆ ਮੈਂ। ਨਿੱਕੀ ਵਾਲੀ ਗੁਲਾਬੋ ਵੀ ਸਾਡੀ ਬੜੀ ਚੰਗੀ ਸੀ, ਉਹ ਤੇ ਹੁਣ ਚੱਲ ਗਈ, ਹੈ ਨਾ? ਮੈਨੂੰ ਦੱਸੋ ਤੁਸੀਂ ਰਹਿੰਦੇ ਕਿਹੜੀ ਜਗ੍ਹਾ ਤੇ, ਮੈਂ ਤਾਂ ਆ ਜਾਣਾ। ਭੈਣ ਆਪਣਾ ਐਡਰੈਸ ਨੋਟ ਕਰੀ ਵੀਰੇ, ਐਡਰੈਸ ਨੋਟ ਕਰਾ ਦੋ, ਆਪਾਂ ਆ ਜਾਣਾ, ਠੀਕ ਹੈ? ਵਾਹ ਜੀ ਵਾਹ, ਕਿਆ ਬਾਤ ਹੈ! ਤੋਂ ਬਾਅਦ ਅਗਲਾ ਫੋਨ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ, ਚਰਨ। ਹਾਏ ਗੁਰਚਰਨ ਜੀ, ਕਿੱਥੇ ਚੱਲ ਗਏ ਸੀ ਤੁਸੀਂ? ਮੈਨੂੰ ਤਾਂ ਤੁਹਾਡੀ ਬੜੀ ਯਾਦ ਆਉਂਦੀ ਸੀ। ਹਾਂਜੀ, ਤੁਸੀਂ ਕਿੱਥੇ ਚੱਲ ਗਏ ਸੀ? ਅਸੀਂ ਤਾਂ ਨੈਤੀ ਟੀਵੀ ਤੇ ਸੀ, ਤੁਸੀਂ ਅਸੀਂ ਤੁਹਾਨੂੰ ਬੜਾ ਮਿਸ ਕੀਤਾ, ਕਿੱਥੇ ਗਏ ਸੀ? ਮੈਂ ਤਾਂ ਸੁਪਨੇ ਵੀ ਤੁਹਾਡੇ ਆਉਂਦੇ ਸੀ, ਮੈਂ ਤਾਂ ਸੁਪਨਿਆਂ 'ਚ 6 ਮਹੀਨੇ ਫੋਨਾਂ ਦੇ ਉੱਤੇ ਗੱਲਾਂ ਕਰਦੀ ਰਹੀ ਹਾਂ। ਅੱਛਾ ਜੀ, ਹੋਰ ਕੀ, ਮੈਨੂੰ ਕਿੰਨਾ ਮਿਸ ਕੀਤਾ ਪਹਿਲਾਂ ਇਹ ਦੱਸੋ। ਬਹੁਤ ਮਿਸ ਕੀਤਾ ਤੁਹਾਨੂੰ, ਥੋੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਹੁੰਦੀਆਂ। ਹਾਏ, ਦੇਖਿਓ ਮੈਂ ਵੀ ਤੁਹਾਨੂੰ ਇੰਨਾ ਜ਼ਿਆਦਾ ਯਾਦ ਕਰਦੀ ਸੀ, ਪਰ ਨਾ ਮੈਨੂੰ ਬੜੇ ਚਿਰਾਂ ਬਾਅਦ ਇੱਥੇ ਵਾਪਸ ਆਉਣ ਦਾ ਮੌਕਾ ਮਿਲਿਆ। ਪਰ ਦੇਖ ਲਓ ਇਹ ਚੈਨਲਾਂ ਨੇ ਕੀ ਕੀਤਾ, ਐਡਾ ਵੱਡਾ ਘਰ ਪਾ ਲਿਆ, ਪਲਾਟ ਲੈ ਲਿਆ, ਹੈ ਨਾ, ਉਹ ਤੇ ਖੇਤੀ ਸ਼ੁਰੂ ਕਰ ਦਿੱਤੀ। ਜਿਵੇਂ ਬਹਿ ਕੇ ਗੱਲਾਂ ਕਰਿਆ ਕਰੋ ਤੇ ਹੁਣ ਤੁਸੀਂ ਜਾਇਓ ਨਾ। ਨਾ ਮੈਂ ਨਹੀਂ ਜਾਂਦੀ, ਮੈਂ ਕਹਿੰਦੀ ਹਾਂ ਮੈਨੂੰ ਨਾ ਥੋੜੀ ਸੌਣ ਲੱਗੇ, ਮੈਂ ਨਹੀਂ ਜਾਂਦੀ। ਜੇ ਭੇਜਿਆ ਨਾ ਮੈਨੂੰ ਦੇਖ ਲਓ। ਹਾਂਜੀ, ਹੋਰ ਘਰੇ ਸਾਰੇ ਠੀਕ ਆ? ਹਾਂਜੀ ਠੀਕ ਆ। ਛੋਟੀ ਗੁਲਾਬੋ ਵੀ ਬੜੀਆਂ ਸੋਹਣੀਆਂ ਗੱਲਾਂ ਕਰਦੀ ਸੀ, ਪਰ ਦੇਖੋ ਟਿੱਕਾ ਚੈਨਲ ਵਾਲਿਆਂ ਨੇ ਦਿੱਤੇ, ਬਾਲੀਆਂ ਚੈਨਲ ਵਾਲਿਆਂ ਨੇ ਦਿੱਤੇ, ਸੂਟ ਮੇਰਾ ਪਰਸਨਲ ਹੈ। ਅੱਛਾ, ਮੇਕਅਪ ਵਾਲੇ ਭਾਈ ਨੇ ਮੇਰੇ ਮੇਕਅਪ ਕੀਤੇ, ਵੀਰੂ ਨੇ ਨਵੀਆਂ ਕਢਾ ਕੇ ਦਿੱਤੀਆਂ ਮੈਨੂੰ।
ਆ ਤਾਂ ਚੂੜੀਆਂ ਬੜੀਆਂ ਸੋਹਣੀਆਂ ਪਾਈਆਂ ਆ ਮੇਰੀਆਂ ਆਪਣੀਆਂ ਭੈਣ ਆ ਕੜੀ 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 ਅੱਛਾ ਅੱਛਾ ਸਾਰਾ ਕੁਝ ਸੋਹਣਾ ਸਾਰਾ ਕੁਝ ਉਹਨੇ ਦਿੱਤਾ ਆ ਤੇ ਮੈਂ ਹਾਂ ਹਾਂ ਤੂੰ ਤੂੰ ਫੇਰ ਤੂੰ ਤੂੰ ਗੁਲਾਬੋ ਕਹਿੰਦੀ ਆ ਤੂੰ ਸਾਡੀ ਆ ਆਹਾ ਹੋਰ ਕੀ ਮੈਂ ਤੇ ਪੂਰੀ ਦੀ ਪੂਰੀ ਤੁਹਾਡੀ ਸਾਰਿਆਂ ਦੀ ਆ ਆ ਥੈਂਕ ਯੂ ਹੈ ਹਾਂ ਹੋਰ ਜੀ ਤੁਸੀਂ ਮੈਨੂੰ ਬਹੁਤ ਸੋਹਣੀ ਲੱਗਦੀ ਆ ਮੰਜੇ ਤੇ ਬੈਠੀ ਗੁਲਾਬ ਬੜੀ ਸੂਤ ਹੋ ਕੇ ਹੈ ਪਰ ਤੁਸੀਂ ਮੈਨੂੰ ਕਿੰਨਾ ਮਿਸ ਕੀਤਾ ਪਹਿਲਾਂ ਮੈਨੂੰ ਇਹ ਹੁਣ ਆਪਾਂ ਇਸੇ ਮੰਜੇ ਦੇ ਉੱਤੇ ਪਰਮਨੈਂਟ ਬਹਿ ਕੇ ਗੱਲਾਂ ਕਰਿਆ ਕਰਨੀਆਂ ਇੱਥੇ ਬੜੇ ਸਾਰੇ ਲੋਕਾਂ ਨੂੰ ਲਿਆ ਕੇ ਬਿਠਾਉਣਾ ਤਵੇ ਲਾਉਣੇ ਤਵੇ ਚੰਗੀ ਗੱਲ ਹੈ ਬਹੁਤ ਸੋਹਣਾ ਤੈਨੂੰ ਬਹੁਤ ਮਿਸ ਕੀਤਾ ਗੁਲਾਬੋ ਤੈਨੂੰ ਥੈਂਕ ਯੂ ਸੋ ਮਚ ਔਰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਮੈਂ ਨਾ ਜਰਾ ਹੁਣ ਅਗਲੇ ਕਾਲਰ ਨਾਲ ਗੱਲ ਕਰਦੀ ਹਾਂ ਹੁਣ ਰੋਜ਼ ਫੋਨ ਕਰਨਾ ਜੇ ਨਾ ਕੀਤਾ ਤੇ ਕੱਟੀ ਘਰ ਨਹੀਂ ਆ ਮੈਂ ਅਗਲਾ ਫੋਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਾਚੀ ਕਾਲ ਗਿੱਲ ਆਂਟੀ ਬੋਲਨੀ ਆ ਕਿਹੜੀ ਆਂਟੀ ਗਿੱਲ ਆਂਟੀ ਆ ਗਿੱਲ ਆਂਟੀ ਇਹ ਕਿੱਥੇ ਚੱਲ ਗਈ ਸੀ ਮੈਂ ਕਿੱਥੇ ਛੁਪੀ ਰਹੀ ਇੰਨਾ ਚਿਰ ਗੁਲਾਬੋ ਸਾਡੀ ਮੈਂ ਬਸ ਕੁਛ ਨਹੀਂ ਮੈਂ ਨਾ ਵੈਸੇ ਰੁੱਸੀ ਹੋਈ ਸੀ ਨਾ ਰੁੱਸੀ ਸਾਡੇ ਨਾਲ ਤੂੰ ਰੁੱਸੇਂਗੀ ਇਸ ਤਰ੍ਹਾਂ ਇੰਨਾ ਪਿਆਰ ਕਰਨੇ ਆ ਪਿਆਰ ਕਰਦੇ ਹੋ ਪਤਾ ਮੈਨੂੰ ਇੰਨੇ ਚਿਰ ਕਿਸੇ ਨੇ ਪੁੱਛਿਆ ਵੀ ਹੈ ਨਹੀਂ ਗੁਲਾਬੋ ਐਡੀ ਪਿਆਰੀ ਐਡੀ ਮਿੱਠੀ ਗੁਲਾਬੋ ਬਸ ਬਸ ਇਹਨਾਂ ਗੱਲਾਂ ਤੋਂ ਤਾਂ ਮੈਂ ਖੁਸ਼ ਹੋ ਕੇ ਵਾਪਸ ਆ ਗਈ ਆ ਤੈਨੂੰ ਵਾਜਾ ਮਾਰੇ ਗੁਲਾਬੋ ਕਿੱਥੇ ਚਲੀ ਗਈ ਛੋਟੀ ਗੁਲਾਬੋ ਵੀ ਬਹੁਤ ਸੋਹਣਾ ਰੋਲ ਕਰਦੀ ਬੜਾ ਸ਼ੋਅ ਅੱਛਾ ਬੜਾ ਸੱਸ ਕੇ ਸਾਡੀ ਛੋਟੀ ਗੁਲਾਬੋ ਬਹੁਤ ਮਿਸ ਕੀਤਾ ਵੱਡੀ ਗੁਲਾਬੋ ਕਿੱਧਰ ਚਲੀ ਗਈ ਓ ਸਾਡੀ ਪਤਾ ਛੋਟੀ ਗੁਲਾਬੋ ਵੀ ਛੋਟਾ ਪੈਕਟ ਬੜਾ ਧਮਾਕਾ ਸੀ ਸਲੋਨੀ ਬੜੀ ਹੀ ਪਿਆਰੀ ਸੀਗੀ ਉਹ ਵੀ ਪਰ ਉਹਨੂੰ ਥੋੜਾ ਜਿਹਾ ਕੰਮ ਪੈ ਗਿਆ ਸਿਆਣੀ ਸਿਆਣੀ ਚੰਗੀ ਪਿਆਰੀ ਬੇਟੀ ਬੜੀ ਸਿਆਣੀ ਸੀ ਉਹ ਵੀ ਖੈਰ ਕੋਈ ਗੱਲ ਨਹੀਂ ਸਲੋਨੀ ਬੜੀ ਸਿਆਣੀ ਸੀ ਗੁਲਾਬੋ ਬੜੀ ਚੰਗੀ ਲੱਗਦੀ ਉਹ ਵੀ ਪਿਆਰੀ ਲੱਗਦੀ ਨਹੀਂ ਮੈਨੂੰ ਐਕਚੁਅਲੀ ਕੀ ਹੈ ਕਿ ਤੁਹਾਡੇ ਸਾਰੇ ਦਰਸ਼ਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲਦਾ ਸਾਡੇ ਗਲੋਬਲ ਪੰਜਾਬ ਟੀਵੀ ਨੂੰ ਤੇ ਸਾਡੇ ਪ੍ਰੋਗਰਾਮਾਂ ਨੂੰ ਹੁਣ ਤੁਸੀਂ ਸਾਰੇ ਇੰਨਾ ਜ਼ਿਆਦਾ ਪਸੰਦ ਕਰ ਰਹੇ ਹੋ ਖਾਸ ਤੌਰ ਤੇ ਅੱਜ ਕੱਲ੍ਹ ਗੁਰਚੇਤ ਚਿੱਤਰਕਾਰ ਜੀ ਦਾ ਵੀ ਇੱਕ ਨਵਾਂ ਪ੍ਰੋਗਰਾਮ ਜਿਹੜਾ ਸਾਡੇ ਚੈਨਲ ਤੇ ਸ਼ੁਰੂ ਹੋਇਆ ਉਹਨੂੰ ਵੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਆ ਔਰ ਬੜਾ ਚੰਗਾ ਲੱਗਦਾ ਜਦੋਂ ਇੰਨੇ ਟਾਈਮ ਤੋਂ ਤੁਸੀਂ ਲੋਕ ਸਾਡੇ ਨਾਲ ਜੁੜੇ ਹੋਏ ਹੋ ਸਾਨੂੰ ਇੰਨਾ ਪਿਆਰ ਕਰਦੇ ਹੋ ਕਿਉਂਕਿ ਕਲਾਕਾਰ ਵਾਸਤੇ ਉਹਦਾ ਜਿਹੜਾ ਆਡੀਅੰਸ ਹੈ ਉਹਨੂੰ ਦਰਸ਼ਕ ਨੇ ਉਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਕਿੰਨਾ ਕੁ ਚਿਰ ਸਾਡੇ ਨਾਲ ਕਨੈਕਟਡ ਰਹਿੰਦੇ ਨੇ ਸੋ ਇੱਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਫੋਨ ਕਰਦੇ ਰਹਿਣਾ ਹਾਏ ਤੇ ਮੈਂ ਕਿੰਨੇ ਤਰੀਕੇ ਨਾਲ ਗੱਲ ਕਰਦੀ ਪਈ ਹਾਂ ਮੈਂ ਦੁਪਹਿਰੇ ਵੇਖਿਆ ਸੀ ਤੈਨੂੰ ਟੀਵੀ ਵਿੱਚ ਤੇ ਮੈਂ ਕਿਹਾ ਅੱਜ ਗੁਲਾਬੋ ਆ ਜਾਏਗੀ ਸ਼ਾਮ ਨੂੰ ਆਹੋ ਮੈਂ ਤਾਂ ਪਹਿਲਾਂ ਹੀ ਇਹਨਾਂ ਨੂੰ ਕਹਿਤਾ ਮੈਂ ਕਿਹਾ ਕੋਈ ਤਰੀਕਾ ਨਹੀਂ ਹੁੰਦਾ ਬੜਾ ਚਿਰ ਹੋ ਗਿਆ ਹੁਣ ਮੈਂ ਠੋਕ ਕੇ ਮੈਂ ਕਿਹਾ ਮੇਰੇ ਨਾਲ ਪਤਾ ਕਿੰਨੇ ਲੋਕੀ ਜੁੜੇ ਆ ਮੈਂ ਆਣਾ ਵਾਪਸ ਮੈਂ ਰੋਬ ਨਾਲ ਆਈ ਆ ਪੂਰੇ ਮੈਨੂੰ ਪਤਾ ਤੁਸੀਂ ਕਿੱਥੇ ਗਏ ਸੀ ਹੁਣ ਤੁਸੀਂ ਉੱਥੋਂ ਆਏ ਹੋ ਸ਼ੂਟਿੰਗ ਤੇ ਗਏ ਹੋਗੇ ਆਹੋ ਜੀ ਮੇਰੀ ਨਵੀਂ ਫਿਲਮ ਜ਼ਰੂਰ ਦੇਖਿਓ ਜੀ ਆਈ ਹੈ ਅਸ਼ਕੇ ਕੁਮਾਰ ਨਾਲ ਅਕਸ਼ੇ ਕੁਮਾਰ ਨਾਲ ਆ ਗਈ ਸਿੰਗ ਇਜ਼ ਬਲਿੰਗ ਮੇਰੀ ਫਿਲਮ ਆਈ ਹੈ ਜੀ ਜ਼ਰੂਰ ਦੇਖਿਓ ਠੀਕ ਹੈ ਜੀ ਕੌਣ ਬੋਲਦੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੈਲਗਰੀ ਕੈਨੇਡਾ ਤੋਂ ਧੰਨਵਾਦ ਹੋ ਰਿਹਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੱਲਾਂ ਵਿਦ ਗੁਲਾਬੋ ਦੇ ਵਿੱਚ ਕੀ ਹਾਲ ਚਾਲ ਬਾਜੀ ਮੈਂ ਤਾਂ ਗੁਲਾਬੋ ਨੂੰ ਦੇਖ ਕੇ ਹਰੇ ਹਰੇ ਹੋ ਗਿਆ ਆਹਾ ਅੱਜ ਹਰਿਆਲੀ ਵੈਸੇ ਵੀ ਇੱਥੇ ਬਹੁਤ ਆ ਅਸੀਂ ਕਿੰਨੇ ਚਿਰਾਂ ਬਾਅਦ ਦੇਖਿਆ ਤੁਹਾਨੂੰ ਮੈਨੂੰ ਪਹਿਲਾਂ ਇਹ ਦੱਸੋ ਮਿਸ ਕੀਤਾ ਕਿ ਨਹੀਂ ਕੀਤਾ ਮੈਂ ਕਹਿੰਦਾ ਇੰਨਾ ਮਿਸ ਇਹ ਤਾਂ ਮਿਸ ਕਰਕੇ ਸਾਡੇ ਬਾਲ ਵੀ ਫੇਲ ਹੋ ਗਏ ਆਏ ਹਾਏ ਕੋਈ ਗੱਲ ਨਹੀਂ ਮੈਂ ਆਈ ਡਾਈ ਲੈ ਕੇ ਤੁਸੀਂ ਟੈਨਸ਼ਨ ਨਾ ਲਓ ਹਾਂਜੀ ਮੈਂ ਆਈ ਡਾਈ ਲੈ ਕੇ ਮੈਂ ਡਾਈ ਲੈ ਕੇ ਹੁਣ ਆ ਗਈ ਹੁਣ ਸਾਰੇ ਰੰਗ ਹੀ ਰੰਗ ਹੋਣਗੇ ਦੇਖੋ ਖੇਤੀ ਕੀਤੀ ਆ ਟਿਊਬਵੈਲ ਲਵਾ ਲਈ ਇੱਥੇ ਹੋਰ ਆਪਣਾ ਇਹਨਾਂ ਨੇ ਇਹ ਵੀ ਰੱਖਿਆ ਕੀ ਕਹਿੰਦੇ ਉਹਨੂੰ ਚੁੱਲਾ ਹੈ ਇਹ ਕੋਠੀ ਪਾਈ ਹੋਈ ਆ ਪਰਦੇ ਲਵਾ ਲੇ ਅਮੀਰ ਹੀ ਬੜੇ ਹੋ ਗਏ ਉਹ ਜਿਹੜੀ ਮੇਰੀ ਘਰਵਾਲੀ ਆ ਨਾ ਬਲਵੀਰ ਕੌਰ ਹਾਂਜੀ ਉਹ ਕੈਲਗਰੀ ਚ ਰਹਿੰਦੀ ਆ ਉਹ ਤੁਹਾਨੂੰ ਬਹੁਤ ਮਿਸ ਕਰਦੀ ਆ ਮੈਂ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜ਼ਰੂਰ ਕਿਹਾ ਤੇ ਕਿਉਂ ਹੁਣ ਕੱਲ ਉਹ ਫੋਨ ਕਰਨਗੇ ਮੈਨੂੰ ਤਨੂਆ ਸਾਹਿਬ ਨਹੀਂ ਤੁਸੀਂ ਜਾਂ ਤੁਸੀਂ ਇੱਕ ਵਾਰੀ ਆਪ ਹੀ ਸਤਿ ਸ਼੍ਰੀ ਅਕਾਲ ਕਰ ਹਾਂਜੀ ਜ਼ਰੂਰ ਕਰਾਓ ਜੀ ਹੈਲੋ 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 ਹਾਏ ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਠੀਕ ਠਾਕ ਮੈਂ ਕੈਲਗਰੀ ਤੋਂ ਬੇਟੇ ਬੋਲਦੀ ਆ ਬਹੁਤ ਚੰਗਾ ਲੱਗਾ ਬਬਲੂ ਫੋਨ ਕੱਟ ਗਿਆ ਤਾਂ ਬੋਲ ਪਿਆ ਕੱਟ ਗਿਆ ਜੀ ਹੈਗਾ ਤਾਂ ਕਹਿ ਦੇ ਹੈਗਾ ਹੈਲੋ ਹਾਏ ਓਏ ਇੱਕ ਗੱਲ ਦੱਸਾਂ ਜੇ ਫੋਨ ਇੰਨੇ ਸਾਰੇ ਸਾਨੂੰ ਆਉਂਦੇ ਪਏ ਤਾਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਪ੍ਰੋਗਰਾਮ ਹੁਣ ਅਮੈਰੀਕਾ ਸਾਡਾ ਪੂਰਾ ਚੈਨਲ ਐਕਚੁਅਲੀ ਅਮੈਰੀਕਾ ਦੇ ਨਾਲ ਨਾਲ ਹੁਣ ਕੈਨੇਡਾ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਔਰ ਸਾਰੇ ਲੋਕ ਇਸ ਚੈਨਲ ਨੂੰ ਬੜਾ ਜ਼ਿਆਦਾ ਪਸੰਦ ਕਰ ਰਹੇ ਸਾਡੇ ਪ੍ਰੋਗਰਾਮਾਂ ਨੂੰ ਵੀ ਅਗਲੇ ਕਾਲਰ ਸਾਡੇ ਨਾਲ ਹੈਲੋ ਓ ਖੈਰ ਲਾਈਨਸ ਕੱਟ ਰਹੀਆਂ ਨੇ ਔਰ ਇਸੇ ਤਰ੍ਹਾਂ ਦੇ ਨਾਲ ਤੁਸੀਂ ਕੋਸ਼ਿਸ਼ ਕਰਦੇ ਰਹੋ 347-252-1232 ਇਹ ਸਾਡਾ ਫੋਨ ਨੰਬਰ ਹੈ ਜਿਸ ਦੇ ਉੱਤੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਲਾਈਵ ਗੱਲਬਾਤ ਕਰ ਸਕਦੇ ਹਾਂ ਅਤੇ ਅਗਲੇ ਕਾਲਰ ਸਾਡੇ ਨਾਲ ਹੈਲੋ ਨਰਿੰਦਰ ਜੀ ਹੀ ਚੰਗੇ ਲੱਗਦੇ ਆ ਇੱਥੇ ਨੀ ਕਿਸੇ ਨੂੰ ਪਤਾ ਲੱਗਦਾ ਕੁਛ ਨੀ ਪਤਾ ਲੱਗਦਾ ਕਿਆ ਦੱਸਣ ਦੀ ਲੋੜ ਹੀ ਹੈ ਨੀ ਖੰਗੋ ਨਾ ਫਿਰ ਪਤਾ ਲੱਗ ਜਾਣਾ ਆਂਟੀ ਜੀ ਦਾ ਫੋਨ ਸਾਡੀ ਨਿੱਕੀ ਗੁਲਾਬੋ ਕਿੱਥੇ ਗਈ ਮੈਂ ਤੇਰੇ ਨਾਲ ਫਸਟ ਟਾਈਮ ਗੱਲ ਕਰ ਰਹੀ ਹਾਂ ਵੱਡੀ ਗੁਲਾਬੋ ਨਿੱਕੀ ਨਾਲ ਤੇ ਮੈਂ ਰੋਜ਼ ਕਰ ਲੈਂਦੀ ਵਾਹ ਵਾਹ ਕੀ ਬਾਤ ਹੈ ਔਰ ਨਿੱਕੀ ਗੁਲਾਬੋ ਨੂੰ ਤੁਸੀਂ ਸਾਰਿਆਂ ਨੇ ਬੜਾ ਜ਼ਿਆਦਾ ਪਿਆਰ ਦਿੱਤਾ ਇਹ ਵੀ ਬੜੀ ਚੰਗੀ ਔਰ ਖੁਸ਼ੀ ਦੀ ਗੱਲ ਹੈ ਤੇ ਹੁਣ ਵੱਡੀ ਗੁਲਾਬੋ ਤੁਹਾਨੂੰ ਪਸੰਦ ਹੈ ਜੇ ਕਹੋ ਤੇ ਹਾਂ ਹੈ ਤੁਹਾਡੀ ਫਿਰ ਮੈਂ ਵੱਡੀ ਬਹੁਤ ਪਸੰਦ ਵਾਂ ਤੂੰ ਚੜ੍ਹਦੀ ਤੇ ਚੜ੍ਹਦੀ ਆ ਦੋਨੋਂ ਥੈਂਕ ਯੂ ਔਰ ਨਾ ਅੱਗੇ ਨਿੱਕੀ ਗੁਲਾਬੋ ਦੇ ਤੁਸੀਂ ਪੱਕੇ ਵਾਲੇ ਫੈਨ ਬਣ ਗਏ ਸੀ ਤੇ ਹੁਣ ਮੈਨੂੰ ਵੀ ਪੱਕਾ ਪੱਕਾ ਫੋਨ ਕਰਨਾ ਰੋਜ਼ ਠੀਕ ਹੈ ਪ੍ਰੋਮਿਸ ਜ਼ਰੂਰ ਜ਼ਰੂਰ ਤੁਹਾਨੂੰ ਸੌਂ ਲੱਗੇ ਮੇਰੀ ਸਰੋਂ ਦੇ ਸਾਗ ਦੀ ਸਾਰਾ ਕੁਝ ਸਾਰਾ ਸਾਲ ਹੀ ਮਿਲੀ ਚਲੀ ਜਾਂਦਾ ਅੱਛਾ ਜੀ ਠੀਕ ਹੈ ਮੈਂ ਹੁਣ ਅਗਲੇ ਕਾਲਰ ਨਾਲ ਗੱਲ ਕਰਦੀ ਹਾਂ ਫੇਰ ਤੁਹਾਡੇ ਨਾਲ ਕੱਲ ਗੱਲ ਕਰਾਂਗੇ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਬਾਏ 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 ਹੈਲੋ ਜਿੰਦਗੀ ਚ ਜਿਹੜੇ ਸਾਡੇ ਵਾਂਗੂ ਕੁਛ ਨੀ ਕਰਦੇ ਹੋਰ ਕਿਹੜੀ ਕਲਾਸ ਪੜ੍ਹਦੇ ਚੌਥੀ ਵਿੱਚ ਲੈ ਪ੍ਰੋਵਾ ਇਡਨੀਆ ਕਲਾਸਾਂ ਹੈ ਇੰਨੀ ਪੜ੍ਹਾਈ ਕਰ ਲਈ ਕੀ ਬਣਨਾ ਹੁਣ ਕੀ ਬਣਨਾ ਟੀਚਰ ਬਣਨਾ ਫੋਰਥ ਤੋਂ ਬਾਅਦ ਫਿਫਥ ਚ ਸਾਡੇ ਇੱਥੇ ਤਾਂ ਫਿਫਥ ਕੀਤੀ ਹੋਵੇ ਤਾਂ ਵੀ ਟੀਚਰ ਬਣ ਜਾਂਦੇ ਸੀ ਪਰ ਅੱਜ ਕੱਲ੍ਹ ਨਹੀਂ ਪਹਿਲਾਂ ਘਰੇ
ਦੀ। ਅੱਛਾ ਤੇ ਸਾਰਿਆਂ ਨੂੰ ਨਾ ਕਹਿਣਾ ਗੁਲਾਬੋ ਨੇ ਨਾ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਰੋਜ਼ ਫੋਨ ਕਰਨਾ ਹੈ। ਠੀਕ ਹੈ ਓਕੇ ਬਾਏ ਲਵ ਯੂ ਬਾਏ। ਬੜੀ ਸਵੀਟ ਦਾਦਾ ਜੀ ਕਹਿੰਦੇ ਉਹਨਾਂ ਨੂੰ ਮੰਦਾ ਪਸੰਦ ਆ। ਗੁਲਾਬੋ ਨਹੀਂ ਪਸੰਦ ਉਹ ਵੀ ਪਸੰਦ ਆ ਦਾਦਾ ਜੀ। ਦਾਦਾ ਜੀ ਤੁਹਾਨੂੰ ਕੱਲ ਮੰਜਾ ਪਸੰਦ ਆਇਆ ਗੁਲਾਬੋ। ਅੱਛਾ ਗੁਲਾਬੋ ਵੀ ਪਸੰਦ ਹੈ ਫਿਰ ਤੇ ਦਾਦਾ ਜੀ ਨੂੰ ਡਬਲ ਸਤਿ ਸ਼੍ਰੀ ਅਕਾਲ। ਦਾਦਾ ਜੀ ਨੂੰ ਕਿਹਾ ਆਸ਼ੀਰਵਾਦ ਦੇ ਦਿਓ ਗੁਲਾਬੋ ਨੂੰ। ਠੀਕ ਹੈ ਬਾਏ। ਇਸ ਤੋਂ ਬਾਅਦ ਸਾਡੇ ਅਗਲੇ ਕਾਲਰ। ਹੈਲੋ ਹੈਲੋ ਹਾਏ ਹਾਏ ਟੀਵੀ ਦੀ ਆਵਾਜ਼ ਭੈਣ ਬੰਦ ਕਰ ਦਿਓ। ਓਕੇ ਗੁਲਾਬੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੌਣ ਬੋਲਦਾ ਕਿੱਥੋਂ ਬੋਲਦੇ ਹੋ? ਮੈਂ ਇੱਥੋਂ ਸੀ ਮੋਡੈਸਟੋ ਤੋਂ ਬੋਲਦੀ ਆ। ਮੈਂ ਸਟਰੀਟ ਬੋਲਦੀ ਆ। ਤੂੰ ਬਹੁਤ ਚਿਰ ਬਾਅਦ ਆਈ ਆ, ਬਹੁਤ ਯਾਦ ਆਉਂਦੀ ਸੀ। ਰਹਿਣ ਦੋ, ਹਾਂ ਯਾਦ ਆਉਂਦੀ ਸੀਗੀ। ਇੱਥੇ ਇੱਕ ਵੀ ਚਿੱਠੀ ਨਹੀਂ ਪਾਈ।
ਸੱਚੀ ਗੁਲਾਬੋ ਮੇਰੇ ਕੋਲ ਤਾਂ ਐਡਰੈਸ ਹੈ ਨਹੀਂ ਸੀ ਮੈਂ ਕਿੱਥੋਂ ਚਿੱਠੀ ਪਾਉਂਦੀ ਇਹਨਾਂ ਨੂੰ ਕਹਿ ਲੈਣਾ ਸੀ ਤਾਂ ਬਹੁਤ ਆ ਰੋਜ਼ ਰੋਜ਼ ਇੱਥੇ ਆਏ ਰਹਿੰਦੇ ਗੁਲਾਬੋ ਦੂਜੀ ਗੁਲਾਬੋ ਵੀ ਬਹੁਤ ਸੋਹਣੇ ਪ੍ਰੋਗਰਾਮ ਕਰਦੀ ਸੀ ਸੋਹਣੀ ਲੱਗਦੀ ਸੀ ਉਹਦੇ ਬਾਅਦ ਬਹੁਤ ਸੋਹਣੇ ਮਿਲਣ ਦੇ ਆ ਆਹਾ ਮੈਂ ਇੰਨੀਆਂ ਤਾਰੀਫਾਂ ਨਾ ਕਰੋ ਮੈਂ ਇੱਥੇ ਛਾਲਾ ਮਾਰਨ ਲੱਗ ਜਾਣਾ ਖਾਣਾ ਵੀ ਬਣਾ ਕੇ ਖਵਾਇਆ ਕਰੂੰਗੀ ਆ ਮੇਰੇ ਕੋਲ ਚੂਲਾ ਵੀ ਹੈ ਇੱਥੇ ਪਿਆ ਤੇ ਆਪਣਾ ਸਾਗ ਵੀ ਬਣਾ ਕੇ ਬਹੁਤ ਕੁਛ ਹੈ ਇੱਥੇ ਹੁਣ ਮੇਰੇ ਕੋਲ ਸਾਗ ਤਾਂ ਮੈਂ ਕੱਲ ਬਣਾਇਆ ਕੱਲ ਬਣਾਇਆ ਕਿਤੇ ਆ ਜਾ ਤੇਰਾ ਵੀ ਕਿਤੇ ਵੈਲਕਮ ਕਰੀਏ ਗੁਲਾਬੋ ਦੱਸੋ ਬੁਲਾਉਂਦੇ ਬੁਲਾਉਂਦੇ ਤਾਂ ਹੈ ਨਹੀਂ ਐਵੇਂ ਬਸ ਰੋਜ਼ ਕਈ ਚਲੀ ਜਾਂਦੇ ਮੈਨੂੰ ਟਿਕਟ ਭੇਜੋ ਜਰਾ ਵੀਜ਼ਾ ਵੂਜ਼ਾ ਲਵਾ ਦਿਓ ਆਈ ਮੈਂ ਓਕੇ ਵੀ ਹੋਰ ਮੈਂ ਜ਼ਰੂਰ ਭੇਜੂਗੀ ਗੁਲਾਬੋ ਨਹੀਂ ਬਹੁਤ ਬਹੁਤ ਸ਼ੁਕਰੀਆ ਔਰ ਓਕੇ ਗੁਲਾਬੋ ਹੁਣ ਮੈਨੂੰ ਵਾਕਈ ਘਰ ਵਾਲੀ ਫੀਲਿੰਗ ਆਉਂਦੀ ਹੈ ਸੈਟ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਔਰ ਕੀ ਕਹਿੰਦਾ ਸੀ ਬਾਬਲੂ ਤੇਰੀ ਆਵਾਜ਼ ਨਹੀਂ ਆਈ ਮੈਨੂੰ ਫੇਰ ਬੋਲੀ ਵੀਰੇ ਆਹੋ ਅਗਲਾ ਫੋਨ ਆਇਆ ਖੜਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਮੈਂ ਜੀ ਮਨਿੰਦਰ ਬੋਲ ਰਿਹਾ ਜੀ ਮਨਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਗੱਲਾਂ ਵਿਦ ਗੁਲਾਬੋ ਦੇ ਵਿੱਚ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਅਸੀਂ ਵਰਜੀਨੀਆ ਤੋਂ ਬੋਲ ਰਹੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪਹਿਲਾਂ ਦੇਖਦੇ ਰਹੇ ਹੋ ਕਿ ਪਹਿਲੀ ਵਾਰੀ ਪਹਿਲਾਂ ਵੀ ਦੇਖਦੇ ਰਹੇ ਹਾਂ ਜੀ ਤੁਸੀਂ ਅੱਗੇ ਆਉਣਾ ਹੀ ਹਟ ਗਿਆ ਸੀ ਨਿੱਕ ਓ ਅੱਛਾ ਉਸ ਟਾਈਮ ਦਾ ਪ੍ਰੋਗਰਾਮ ਦੇਖ ਰਹੇ ਹੋ ਨਿੱਕੀ ਗੁਲਾਬੋ ਵੀ ਆਂਦੀ ਸੀ ਮੇਰੇ ਤੋਂ ਬਾਅਦ ਹੈ ਨਾ ਨਿੱਕੀ ਗੁਲਾਬੋ ਤੋਂ ਗੱਲ ਨਹੀਂ ਬਣੀ ਤੁਹਾਡੇ ਵਾਲੀ ਬੋਲੀਆਂ ਦਾ ਠੀਕ ਹੈ ਪਲਾਟ ਬੜਾ ਮਹਿੰਗਾ ਲਿਆ ਤੇ ਹੁਣ ਹੌਲੀ ਹੌਲੀ ਕਰਕੇ ਹੋਰ ਸਮਾਨ ਲੈ ਕੇ ਆਉਣਗੇ ਮੇਰੀ ਤਾਈ ਨੇ ਤੁਹਾਨੂੰ ਬਹੁਤ ਮਿਸ ਕੀਤਾ ਜੀ ਉਹਨਾਂ ਨੂੰ ਮੇਰੇ ਵੱਲੋਂ ਕਿਉਂਕਿ ਮੈਂ ਵੀ ਸਾਰਿਆਂ ਨੂੰ ਬੜਾ ਜ਼ਿਆਦਾ ਮਿਸ ਕੀਤਾ ਹੁਣ ਵਾਪਸ ਆ ਗਈਆਂ ਤੇ ਖੂਬ ਸਾਰੀਆਂ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਮੈਨੂੰ ਭੁੱਖ ਲੱਗ ਗਈ ਹੁਣ ਇੱਥੇ ਚੁੱਲ੍ਹਾ ਹੀ ਰੱਖਿਆ ਤੇ ਕੁਝ ਪਕਾਓ ਵੀ ਸਹੀ ਮੈਂ ਮਿਲਦੀ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਮੈਨੂੰ ਐਸੇ ਨਹੀਂ ਲਵਾ ਕੇ ਦਿੰਦੇ ਮੈਂ ਕਿਹਾ ਕੋਈ ਗੱਲ ਨਹੀਂ ਨਹੀਂ ਲਵਾ ਕੇ ਦਿੰਦੇ ਤਾਂ ਨਾ ਲਵਾ ਕੇ ਦਿਓ ਆਪਣੇ ਕੋਲ ਵੀ ਦੇਸੀ ਪੱਖੀ ਆ ਤੇ ਤੁਹਾਡਾ ਸਾਰਿਆਂ ਦਾ ਦੇਸੀਆਂ ਦਾ ਤੁਹਾਡਾ ਆਪਣਾ ਦੇਸੀ ਪ੍ਰੋਗਰਾਮ ਲੈ ਕੇ ਗੱਲਾਂ ਵਿਦ ਗੁਲਾਬੋ ਮੈਂ ਗੁਲਾਬੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ 347-252-1232 ਆ ਮੇਰਾ ਹੈਗਾ ਜੀ ਫੋਨ ਨੰਬਰ ਠੀਕ ਆ ਇਹਦੇ ਉੱਤੇ ਹੁੰਦੀ ਆ ਆਪਣੀ ਸਿੱਧੀ ਗੱਲਬਾਤ ਉਹ ਵੀ ਪਤਾ ਕਿੱਥੋਂ ਪੰਜਾਬੋਂ ਕਿਉਂਕਿ ਇੱਥੇ ਹੀ ਰਹਿੰਦੀ ਤੁਹਾਡੀ ਆਪਣੀ ਗੁਲਾਬੋ ਅਗਲਾ ਫੋਨ ਹੈਲੋ 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 ਸਤਿ ਸ਼੍ਰੀ ਅਕਾਲ ਆਂਟੀ ਕੀ ਹਾਲ ਚਾਲ ਹਾਏ ਮੇਰੇ ਪੁੱਤ ਮੈਂ ਤਾਂ ਠੀਕ ਆ ਤੇਰਾ ਕੀ ਹਾਲ ਆ ਠੀਕ ਕੌਣ ਬੋਲਦਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਤਨਵੀਰ ਸਿੰਘ ਤਨਵੀਰ ਸਿੰਘ ਓਹੋ ਤਨਵੀਰ ਦੀਆਂ ਮੁੱਛਾਂ ਆ ਗਈਆਂ ਨਹੀਂ ਮੈਂ ਤਾਂ ਜੀ ਬੱਚਾ ਕਿੰਨੇ ਸਾਲ ਦਾ 8 8 ਸਾਲ ਦਾ ਲੈ 8 ਸਾਲ ਦਾ ਏਡਾ ਵੱਡਾ ਹੋ ਗਿਆ ਹੁਣ ਹੁਣ ਤੇ ਲੈ ਮੁੱਛਾਂ ਆਣ ਦੀ ਤਿਆਰੀ ਆ ਪੜ੍ਹਾਈ ਚ ਦਿਲ ਦਿਲ ਲੱਗ ਰਿਹਾ ਉੱਥੇ ਹਾਂਜੀ ਤੇ ਇੰਡੀਆ ਕਦੋਂ ਆਉਣਾ ਇੰਡੀਆ ਕੀ ਬੜੇ ਪਿਆਰੇ ਪਿਆਰੇ ਬੱਚੇ ਵੀ ਫੋਨ ਕਰ ਰਹੇ ਚੰਗਾ ਲੱਗ ਰਿਹਾ ਹੈਲੋ
ਹੈਲੋ ਹਾਂ ਦੇਖੀ ਟੀਵੀ ਦੀ ਆਵਾਜ਼ ਘਟਾ ਦਿਓ ਹੈਲੋ ਹੈਲੋ ਹਾਈ ਕੌਣ ਬੋਲ ਰਿਹਾ ਨਹੀਂ ਨਹੀਂ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਣੀ ਆਪਾਂ ਹਾਏ ਹੈਲੋ ਨਹੀਂ ਕਰਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਕੌਣ ਬੋਲ ਰਿਹਾ ਹਾਏ ਹੋਏ ਦੱਬੋ ਔਗੀ ਹੋ ਗਿਆ ਤਾਂ ਫੋਨ ਹੀ ਕੱਟ ਗਿਆ ਜੇ ਹੁਣ ਤੁਹਾਡੀ ਮੇਰੇ ਨਾਲ ਗੱਲ ਨਹੀਂ ਹੋਈ ਤੇ ਖੈਰ ਕੋਈ ਗੱਲ ਨਹੀਂ ਅਗਲੀ ਵਾਰੀ ਟਰਾਈ ਕਰ ਲਿਓ ਅਗਲਾ ਫੋਨ ਹੈਲੋ ਯਾਦ ਕਰਾਉਣ ਲੱਗੀ ਹਾਂ ਕੀ ਯਾਦ ਕਰਾਉਣ ਲੱਗੇ ਹੋ ਯਾ ਕਰੀ ਜਾਓ ਚੁਗਲੀਆਂ ਹੈਲੋ ਹੁਣ ਪੱਖਾ ਫੜਿਆ ਆਹੋ ਆਹੋ ਹੁਣ ਪੱਖਾ ਫੜਿਆ ਤੁਸੀਂ ਟੀਵੀ ਦੀ ਆਵਾਜ਼ ਘੱਟ ਕਰ ਦਿਓ ਓਕੇ ਗਲਾਬੋ ਆਲੋ ਆਲੋ ਮੈਂ ਹਵਾ ਵੀ ਕਰ ਦਿੰਨੀ ਆ ਲਓ ਆ ਸਪੈਸ਼ਲੀ ਤੁਹਾਡੇ ਵਾਸਤੇ ਪੱਖੀਆਂ ਚੱਲਦੀਆਂ ਮੈਂ ਸੱਚੀ ਥੈਂਕ ਯੂ ਬਹੁਤ ਬਹੁਤ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੇਰਾ ਨਾਮ ਅਜੀ ਹਾਂਜੀ ਹੈਲੋ ਹੈਲੋ ਹਾਏ ਕਿੰਨੀ ਪਿਆਰੀ ਆਵਾਜ਼ ਨਾਲ ਗੱਲ ਹੋਣ ਲੱਗੀ ਸੀ ਮੈਨੂੰ ਦੁਬਾਰਾ ਫੋਨ ਕਰਿਓ ਜ਼ਰਾ ਪਤਾ ਨਹੀਂ ਲਾਈਨ ਕੱਟ ਗਈ ਅਗਲਾ ਫੋਨ ਹੈਲੋ 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 ਜੀ ਬੋਲੋ ਕੌਣ ਬੋਲਦੇ ਕਿੱਥੋਂ ਬੋਲਦੇ ਕਿਉਂ ਨਹੀਂ ਬੋਲਦੇ ਬੋਲੋ ਤੇ ਸਹੀ ਮੈਂ ਵੇਟ ਕਰਦੀ ਹਾਂ ਹੈਲੋ Hi, I'm Adam. Hi, how are you? Good. Sat Shri Akal. What's that? Sat Shri Akal. Say Sat Shri Akal. Sat Shri Akal. Wow, what's your name? Adam. Adam, where are you from? I'm from the United States. Oh, don't you know Punjabi? No. Oh, you should learn it. You must learn. Okay. Okay? So in which class do you read? In which class? You are in which class? I'm in 8th grade. Oh, 8th grade. Okay, that's nice. Have you been to India? No. You should come and learn Punjabi from Gulabo, okay? Okay. And love you. Stay blessed. Okay, blessed. Yep. ਹਾਏ ਉਹ ਦੇਖੀ ਮੈਨੂੰ ਜਿੰਨੀ ਅੰਗਰੇਜ਼ੀ ਆਉਂਦੀ ਸੀ ਅੱਜ ਮੈਂ ਸਾਰੀ ਬੋਲਤੀ ਨਿਆਣੇ ਨੇ ਮੇਰੇ ਤੋਂ ਬੁਲਾਤੀ ਉਹ ਬੱਲੇ 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 ਗੁਲਾਬੋ ਚੱਕ ਦੇ ਫਟੇ ਹਾਏ ਰੱਬ ਇੰਨੀ ਅੰਗਰੇਜ਼ੀ ਚਾਹ ਪਿਲਾ ਦਿਓ ਹਰੇ ਵਾਲੀ ਹੁਣ ਮੈਨੂੰ ਹੈਲੋ ਹਾਏ ਉਹ ਟੀਵੀ ਦੀ ਆਵਾਜ਼ ਬੰਦ ਕਰ ਦਿਓ ਮੇਰੇ ਵੀਰ ਮੇਰੀ ਭੈਣ ਨਿਆਣੇ ਉਹ ਨਿੱਕਿਓ ਨਿੱਕਿਓ ਮੇਰੇ ਉਹ ਬਜ਼ੁਰਗ ਉਹ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰਿਓ ਹੈਲੋ ਹੈਲੋ ਟੀਵੀ ਦੀ ਆਵਾਜ਼ ਬੰਦ ਕਰ ਦਿਓ ਪਹਿਲਾਂ ਦੇਖਿਓ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਜਦੋਂ ਵੀ ਗੱਲ ਕਰਨੀ ਹੁੰਦੀ ਨਾ ਟੀਵੀ ਦੀ ਆਵਾਜ਼ ਬੰਦ ਹੈਲੋ ਹੈਲੋ ਹਾਂਜੀ ਕੌਣ ਬੋਲਦਾ ਕਿੱਥੋਂ ਬੋਲਦੇ ਹੋ ਅਰਮੀਨ ਬੋਲ ਰਹੀ ਹਾਂ ਅਰਮੀਨ ਕੀ ਹਾਲ ਹੈ ਤੁਹਾਡਾ ਠੀਕ ਹੈ ਤੁਸੀਂ ਮੈਨੂੰ ਟੀਵੀ ਦੀ ਆਵਾਜ਼ ਬੰਦ ਕਰਕੇ ਵੀ ਸੁਣ ਸਕਦੇ ਆ ਫੋਨ ਤੇ ਟੀਵੀ ਦੀ ਆਵਾਜ਼ ਇੰਨੀ ਕਿਉਂ ਖੋਲਤੀ ਸੀਗੀ ਓਕੇ ਬੰਦ ਕਰ ਦਾਂਗੀ ਕਿੱਥੋਂ ਬੋਲਦੇ ਹੋ ਤੁਸੀਂ ਅਮਰੀਕਾ ਤੋਂ ਅਮਰੀਕਾ ਮੈਨੂੰ ਦੇਖੀ ਮੈਂ ਤਾਂ ਕਦੀ ਵੀ ਅਮਰੀਕਾ ਨਹੀਂ ਗਈ ਮੈਨੂੰ ਲੈ ਕੇ ਨਹੀਂ ਜਾਂਦੇ ਕੱਟੀ ਆ ਮੈਂ ਸਾਰਿਆਂ ਨਾਲ ਹਨਾ ਅਰਮੀਨ ਅਰਮੀਨ ਮੇਰੇ ਫਰੈਂਡ ਬਣੋਗੇ ਤੁਸੀਂ ਹੈਲੋ ਮੇਰੇ ਫਰੈਂਡ ਬਣੋਗੇ ਤੁਸੀਂ ਹਾਂਜੀ ਮੇਰੇ ਫਰੈਂਡ ਬਣੋਗੇ ਤੁਸੀਂ ਠੀਕ ਆ ਠੀਕ ਆ ਬੈਸਟ ਫਰੈਂਡ ਬਣ ਜਾਂਦੀ ਆ ਆਪਾਂ ਠੀਕ ਹੈ ਠੀਕ ਆ ਫਿਰ ਆਪਾਂ ਡੇਲੀ ਇਕੱਠੇ ਖੇਡਣ ਜਾਇਆ ਕਰਾਂਗੇ ਠੀਕ ਆ ਠੀਕ ਆ ਅਰਮੀਨ ਮੈਂ ਨਾ ਇੱਕ ਹੋਰ ਫਰੈਂਡ ਦਾ ਫੋਨ ਆਇਆ ਮੈਂ ਜਦੋਂ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਆ ਠੀਕ ਆ ਠੀਕ ਆ ਬਾਏ ਬਾਏ ਅਰਮੀਨ ਬਾਏ ਬੜੇ ਮਜ਼ਾ ਆ ਰਿਹਾ ਛੋਟੇ ਛੋਟੇ ਬੱਚੇ ਅੱਜ ਫੋਨ ਕਰ ਰਹੇ ਸ਼ੋਅ ਦੇ ਵਿੱਚ ਪਹਿਲੀ ਵਾਰ ਹੋ ਰਹੇ ਇੰਨੇ ਸਾਰੇ ਬੱਚੇ ਹੈਲੋ ਸਤਿ ਸ਼੍ਰੀ ਅਕਾਲ ਓ ਤੇਰੀ ਓ ਬੱਲੇ ਓਏ ਮੇਰੇ ਗਲਾਬੋ ਇੰਨੇ ਸਾਰੇ ਫੋਨ ਨਿਆਣਿਆਂ ਦੇ ਕੌਣ ਬੋਲ ਰਿਹਾ ਗੁਰਸਿਮਰਨ ਕੌਰ ਗੁਰਸਿਮਰਨ ਸਤਿ ਸ਼੍ਰੀ ਅਕਾਲ ਬਹੁਤ ਪਿਆਰਾ ਨਾਮ ਹੈ ਤੁਹਾਡਾ ਗੁਰਸਿਮਰਨ ਗੁਰਸਿਮਰਨ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਕੈਨੇਡਾ ਤੋਂ ਕੈਨੇਡਾ ਤੋਂ ਗੁਰਸਿਮਰਨ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ ਦੂਜੀ ਵਿੱਚ ਪੜ੍ਹਦੀ ਹਾਂ ਪਹਿਲਾਂ ਫੋਰਥ 'ਚ ਫਿਰ ਥਰਡ 'ਚ ਹੁਣ ਦੂਜੀ 'ਚ ਹੁਣ ਫਸਟ ਕਲਾਸ 'ਚ ਪੜ੍ਹਨ ਵਾਲੇ ਦਾ ਵੀ ਕਿਸੇ ਦਾ ਪੱਕਾ ਫੋਨ ਆਏਗਾ ਅੱਛਾ ਮੈਨੂੰ ਗੱਲ ਦੱਸੋ ਤੁਸੀਂ ਪਹਿਲਾਂ ਗੁਲਾਬੋ ਪ੍ਰੋਗਰਾਮ ਦੇਖਦੇ ਸੀ ਨਹੀਂ ਨਹੀਂ ਪਹਿਲੀ ਵਾਰੀ ਦੇਖਿਆ ਹਾਂਜੀ ਤੈਨੂੰ ਗੁਲਾਬੋ ਦੀਦੀ ਠੀਕ ਲੱਗਦੀ ਆ
ਚਾਹੇ ਆਂਟੀ ਕਹਿ ਲਓ ਹੁਣ ਤੇ ਹਾਂ ਠੀਕ ਲੱਗਦੀ ਆ ਓਕੇ ਹਾਂਜੀ ਪਸੰਦ ਹੈ ਹਾਂਜੀ ਫਰੈਂਡ ਬਣਨਾ ਹਾਂਜੀ ਅੱਜ ਮੇਰੀਆਂ ਦੋ ਫਰੈਂਡਸ ਚਾਰ ਫਰੈਂਡਸ ਬਣ ਗਏ ਨਿੱਕੇ ਨਿੱਕੇ ਤੇ ਇੱਕ ਦਿਨ ਨਾ ਆਪਾਂ ਚਿਲਡਰਨ ਸਪੈਸ਼ਲ ਗੁਲਾਬੋ ਰੱਖਾਂਗੇ ਫਿਰ ਸਾਰੇ ਗੱਲਾਂ ਕਰਾਂਗੇ ਠੀਕ ਹੈ ਓਕੇ ਆ ਨਾਲੇ ਤੁਹਾਨੂੰ ਨਾ ਛੋਟੀ ਗੁਲਾਬੋ ਦੇ ਨਾਲ ਵੀ ਮਿਲਾਵਾਂਗੇ ਮੇਰੀ ਛੋਟੀ ਸਿਸਟਰ ਹੈ ਨਾ ਉਹ ਵੀ ਇੱਥੇ ਆਇਆ ਕਰੇਗੀ ਮੈਂ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨਾਲ ਅੱਛਾ ਉਹਨਾਂ ਨਾਲ ਗੱਲ ਕੀਤੀ ਉਹ ਵੀ ਚੰਗੇ ਆ ਨਾ ਨਿੱਕੇ ਨਿੱਕੇ ਜਿਹੇ ਤੁਹਾਡੇ ਵਰਗੇ ਹਾਂਜੀ ਔਰ ਘਰੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਲਣਾ ਗੁਰਸਿਮਰਨ ਔਰ ਬਹੁਤ ਚੰਗਾ ਪੰਜਾਬੀ ਬੋਲਦੇ ਤੁਸੀਂ ਇੱਦਾਂ ਹੀ ਪੰਜਾਬੀ ਲੈਂਗੁਏਜ ਸਿੱਖਣੀ ਆ ਹੋਰ ਠੀਕ ਹੈ ਓਕੇ ਬਾਏ ਬੇਬੀ ਬਾਏ ਲਵ ਯੂ ਸੋ ਮਚ ਬਾਏ ਇਸ ਤੋਂ ਬਾਅਦ ਸਾਡਾ ਅਗਲਾ ਫੋਨ ਹੈਲੋ ਆਇਓ ਹੈਲੋ ਹੈਲੋ ਸਰ ਹਾਏ ਵੀਰ ਬਾਜ ਤਾਂ ਨਿਆਣਾ ਸਪੈਸ਼ਲ ਸ਼ੋਅ ਹੋ ਗਿਆ ਕੌਣ ਬੋਲਦੇ ਜਸਮੀਤ ਜਸਮੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਤੁਸੀਂ ਨਿਊਯਾਰਕ ਕਿੱਥੋਂ ਇੰਡੀਅਨ ਐਪਲਸ ਤੋਂ ਹਾਂਜੀ ਇੰਡੀਅਨ ਐਪਲਸ ਤੋਂ ਅੱਛਾ ਓਕੇ ਤੇ ਤੁਹਾਨੂੰ ਪਿੱਛੇ ਪਿੱਛੇ ਮੰਮਾ ਬੋਲਦੀਆਂ ਤੁਹਾਡੇ ਨਾਲ ਹਾਂਜੀ ਅੱਛਾ ਪੰਜਾਬੀ ਤਾਂ ਆਪਾਂ ਨੂੰ ਪੂਰੀ ਆਂਦੀ ਹੈ ਕਿ ਨਹੀਂ ਆਂਦੀ ਆਂਦੀ ਆ ਕਿੰਨੀ ਆਂਦੀ ਆ ਬਹੁਤ ਕਿ ਥੋੜੀ ਜੀ ਪੂਰੀ 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 ਮੈਨੂੰ ਵੀ ਪੂਰੀ ਪੂਰੀ ਆਂਦੀ ਆ ਤੇ ਤੁਸੀਂ ਤੁਸੀਂ ਹੁਣ ਅੱਗੋਂ ਦੀ ਗੱਲਾਂ ਵਿੱਚ ਗੁਲਾਬੋ ਪ੍ਰੋਗਰਾਮ ਰੋਜ਼ ਦੇਖਣਾ ਮੈਨੂੰ ਹੁਣ ਤੁਸੀਂ ਲਵਾ ਕੇ ਦੇਣਾ ਮੈਂ ਇਹਨਾਂ ਦੇ ਵੱਲ ਏਸੀ ਚ ਕਦੀ ਬਹਿਣਾ ਹੀ ਹੈ ਨੀ ਵਾਹ 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 ਕਿਆ ਬਾਤ ਹੈ ਬੜੇ ਸਾਰੇ ਪਿਆਰੇ ਪਿਆਰੇ ਨਿੱਕੇ ਨਿੱਕੇ ਜਿਹੇ ਬੱਚਿਆਂ ਦਾ ਫੋਨ ਆਇਆ ਸਾਡੇ ਸ਼ੋਅ ਦੇ ਵਿੱਚ ਔਰ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਗੱਲਾਂ ਵਿਦ ਗੁਲਾਬੋ ਪ੍ਰੋਗਰਾਮ ਦੇ ਵਿੱਚ ਜਦੋਂ ਹੁਣ ਮੇਰੀ ਵਾਪਸੀ ਹੋਈ ਤੇ ਸਾਡੇ ਪੁਰਾਣੇ ਕਾਲਰਸ ਔਰ ਦਵਿੰਦਰ ਜੀ ਜੇ ਤੁਸੀਂ ਮੈਨੂੰ ਫੋਨ ਕਰ ਲਓ ਮੈਂ ਤੁਹਾਨੂੰ ਬੜਾ ਜ਼ਿਆਦਾ ਮਿਸ ਕਰ ਰਹੀ ਹਾਂ ਮੈਨੂੰ ਤੁਹਾਡੀ ਬੜੀ ਯਾਦ ਆਈ ਹੈ ਮੈਂ ਆਉਂਦੇ ਸਾਰੇ ਇਹਨਾਂ ਨੂੰ ਇਹੀ ਗੱਲ ਪੁੱਛੀ ਕਿ ਦਵਿੰਦਰ ਜੀ ਦਾ ਫੋਨ ਆਉਂਦਾ ਕਿ ਨਹੀਂ ਆਉਂਦਾ ਕਹਿੰਦੇ ਕਦੇ ਕਦੇ ਆਉਂਦਾ ਵਿਰਲਾ ਵਿਰਲਾ ਆਉਂਦਾ ਪਰ ਮੈਨੂੰ ਪਤਾ ਹੈ ਕਿ ਦਵਿੰਦਰ ਜੀ ਤੁਸੀਂ ਅਪਸੈਟ ਰਹੇ ਹੋ ਪਰੇਸ਼ਾਨ ਰਹੇ ਹੋ ਕਿਸੇ ਗੱਲ ਨੂੰ ਕਰਕੇ ਲੇਕਿਨ ਹੁਣ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਤੁਹਾਡੀ ਗੁਲਾਬੋ ਵਾਂਸ ਬੈਕ ਔਰ ਬੱਬੂ ਜੀ ਕੀ ਗੱਲ ਕਿੱਥੇ ਹੋ ਤੁਸੀਂ ਫੋਨ ਕਰਿਆ ਕਰੋ ਹੁਣ ਆ ਗਈ ਹੈ ਤੁਹਾਡੇ ਸਾਰਿਆਂ ਦੀ ਗੁਲਾਬੋ ਇੱਕ ਵਾਰ ਫਿਰ ਤੁਹਾਡੇ ਆਪਣੇ ਮਨਪਸੰਦੀਦਾ ਪ੍ਰੋਗਰਾਮ ਗੱਲਾਂ ਵਿਦ ਗੁਲਾਬੋ ਦੇ ਵਿੱਚ ਕਿਆ ਕਹਿੰਦਾ ਬੇ ਤੂੰ ਜਰਾ ਉੱਚੀ ਜਿਹੀ ਬੋਲ ਅੱਛਾ ਅਗਲਾ ਫੋਨ ਆ ਹੈਲੋ 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 ਕੌਣ ਬੋਲ ਰਿਹਾ ਸਤਿ ਸ਼੍ਰੀ ਅਕਾਲ ਕਿੱਥੋਂ ਬੋਲ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਜਰਾ ਖੜ ਕੇ ਗੱਲ ਕਰਦੀ ਹਾਂ ਕਿੱਥੋਂ ਬੋਲ ਰਹੇ ਹੋ ਅਮਰੀਕਾ ਤੋਂ ਅਮਰੀਕਾ ਅੱਛਾ ਕਦੇ ਇੰਡੀਆ ਆਏ ਹੋ ਤੁਸੀਂ ਕੀ ਇੰਡੀਆ ਆਏ ਹੋ ਕਦੇ ਹਾਂਜੀ ਕਿੰਨੀ ਵਾਰੀ ਤਿੰਨ ਵਾਰੀ ਤਿੰਨ ਵਾਰੀ ਕਿ ਤਿੰਨ ਵਾਰੀ ਥਰੀ ਟਾਈਮਸ ਵਾਓ ਅੱਛਾ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਫਸਟ ਗ੍ਰੇਡ ਫਸਟ ਗ੍ਰੇਡ ਵੈਰੀ ਗੁੱਡ ਲਓ ਫੋਰਥ ਥਰਡ ਸੈਕਿੰਡ ਔਰ ਫਸਟ ਗ੍ਰੇਡ ਹੁਣ ਸਾਰੀਆਂ ਗ੍ਰੇਡਸ ਪੂਰੀਆਂ ਹੋ ਚੁੱਕੀਆਂ 1-4 ਤੱਕ ਮੈਨੂੰ ਸਟੈਂਡਰਡ 'ਚ ਪੜ੍ਹਨ ਵਾਲੇ ਸਾਰੇ ਬੱਚਿਆਂ ਦਾ ਕਾਲ ਆ ਗਿਆ ਅੱਛਾ ਗੁੱਲਾਂ ਵਿਦ ਗੁਲਾਬੋ ਪ੍ਰੋਗਰਾਮ ਪਹਿਲੀ ਵਾਰੀ ਦੇਖਿਆ ਹਾਂਜੀ ਤੇ ਪਹਿਲੇ ਵਾਲਾ ਗੁਲਾਬੋ ਨਹੀਂ ਸੀ ਦੇਖਿਆ ਦਾਦਾ ਜੀ ਦੇਖਦੇ ਆ ਦਾਦਾ ਜੀ ਪ੍ਰੋਗਰਾਮ ਦੇਖਦੇ ਆ ਕਿ ਕੱਲੀ ਗੁਲਾਬੋ ਨੂੰ ਦੇਖਦੇ ਆ ਪ੍ਰੋਗਰਾਮ ਵਾਹ 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 ਅੱਛਾ ਮੈਨੂੰ ਇੱਕ ਗੱਲ ਸੁਣੋ ਦਾਦਾ ਜੀ ਹੈਗੇ ਆ ਹੁਣੇ ਕੋਲ ਕਿੱਥੇ ਗਏ ਆ ਟਰੱਕ ਤੇ ਗਏ ਆ ਅੱਛਾ ਤੁਸੀਂ ਵੱਡੇ ਹੋ ਕੇ ਕੀ ਕਰਨਾ ਅੱਛਾ ਤੁਸੀਂ ਮੈਨੂੰ ਤੁਹਾਡੀ ਆਵਾਜ਼ ਬੜੀ ਪਿਆਰੀ ਤੁਹਾਨੂੰ ਕੋਈ ਗਾਣਾ ਗਾਣਾ ਆਉਂਦਾ ਨਹੀਂ ਆਉਂਦਾ
ਕੋਈ ਗੱਲ ਨਹੀਂ, ਤੁਸੀਂ ਸਿੱਖ ਲਓਗੇ। ਮੈਂ ਇਹਦੇ ਪੱਖੀ ਚੁੱਕ ਲਾਂ। ਅੱਛਾ ਚਲੋ ਠੀਕ ਹੈ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ। ਜਦੋਂ ਦਾਦਾ ਜੀ ਆਉਣਗੇ ਤਾਂ ਗੁਲਾਬੋ ਵੱਲੋਂ ਸਤਿ ਸ਼੍ਰੀ ਅਕਾਲ ਬੋਲਣਾ, ਠੀਕ ਹੈ? ਇੱਕ ਮਿੰਟ, ਮੇਰੇ ਘਰ 'ਚ ਕੋਈ ਆਇਆ, ਇੱਕ ਮਿੰਟ। ਹੈਲੋ, ਓਏ ਚੋਰ ਚੂਰ ਤਾਂ ਨਹੀਂ ਹੈਗਾ ਕੋਈ? ਪਤਾ ਐਕਚੁਲੀ ਅੰਦਰ ਸਮਾਨ ਬੜਾ ਮਹਿੰਗਾ ਪਿਆ ਹੋਇਆ, ਐਵੇਂ ਕਿਤੇ ਚੋਰੀ ਚੋਰੀ ਹੋ ਜਾਵੇ, ਮੈਨੂੰ ਤਾਂ ਟੈਨਸ਼ਨ ਹੀ ਪਈ ਰਹਿੰਦੀ। ਅਗਲਾ ਫੋਨ ਹੈ। ਹੈਲੋ ਹੈਲੋ ਹਾਈ ਹਾਈ ਕਿਡਸ ਸਪੈਸ਼ਲ ਪ੍ਰੋਗਰਾਮ, ਕੌਣ ਬੋਲ ਰਿਹਾ? ਅਮ੍ਰਿਤ ਕੌਰ। ਅਮ੍ਰਿਤ ਕੌਰ, ਪਿੱਛੋਂ ਕੌਣ ਸਿਖਾ ਰਿਹਾ ਹੈ ਅੰਮ੍ਰਿਤ ਨੂੰ? ਅੰਮ੍ਰਿਤ ਕਿਹੜੀ ਕਲਾਸ ਪੜ੍ਹਦੇ ਹੋ, ਕਿੱਥੋਂ ਬੋਲ ਰਹੇ ਹੋ? ਨਾਲੇ ਕਿੰਡਰਗਾਰਟਨ। ਕਿੱਥੋਂ? ਕਿੰਡਰਗਾਰਟਨ। ਅੱਛਾ ਕਿੰਡਰਗਾਰਟਨ, ਅੱਛਾ 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 ਅੱਛਾ, ਓਕੇ ਓਕੇ। ਘਰ ਦੇ ਵਿੱਚ ਕੌਣ ਕੌਣ ਹੈ ਹੁਣੇ? ਮੰਮੀ। ਵੀਰਾ। ਵੀਰਾ, ਵੈਰੀ ਕਿਊਟ। ਤੁਹਾਨੂੰ ਤੇ ਪੂਰੀ ਪੰਜਾਬੀ ਆਂਦੀ ਆ, ਹੈਨਾ? ਹਾਂਜੀ। ਕਿਹਨੇ ਸਿਖਾਈ ਤੁਹਾਨੂੰ ਪੰਜਾਬੀ ਬੋਲਣੀ? ਮੰਮਾ। ਮੰਮਾ ਨੇ ਸਿਖਾਈ। ਮੰਮਾ ਦਾ ਕੀ ਨਾਮ ਹੈ? ਕੁਲਦੀਪ ਕੌਰ। ਕੁਲਦੀਪ ਕੌਰ, ਕੌਣ ਜ਼ਿਆਦਾ ਪਿਆਰ ਕਰਦਾ, ਪਾਪਾ ਕਿ ਮੰਮਾ? ਦੋਨੇ। ਦੋਨੇ ਕਰਦੇ ਆ। ਤੁਹਾਨੂੰ ਗੁਲਾਬੋ ਵੀ ਹੁਣ ਬਹੁਤ ਪਿਆਰ ਕਰਦੀ ਹੈ, ਠੀਕ ਹੈ? ਹਾਂਜੀ। ਸੋ ਸਵੀਟ, ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੰਮਾ ਨਾਲ ਹੈ ਤੁਹਾਡੇ? ਵਾਹ ਵਾਹ ਜੀ, ਫੋਨ ਹੁਣ ਖੈਰ ਕੱਟ ਗਿਆ। ਔਰ ਬੜੇ ਛੋਟੇ ਛੋਟੇ ਜਿਹੇ ਬੱਚਿਆਂ ਨੇ ਅੱਜ ਮੈਨੂੰ ਫੋਨ ਕੀਤਾ ਪ੍ਰੋਗਰਾਮ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਹੁਣੇ ਤੱਕ ਇਹ ਪਹਿਲੀ ਵਾਰ ਇੱਦਾਂ ਹੋਇਆ ਕਿ ਨਿੱਕੇ ਨਿੱਕੇ ਨਿਆਣੇ ਵੀ ਸਾਡੇ ਨਾਲ ਜੁੜ ਰਹੇ ਨੇ। ਬਜ਼ੁਰਗਾਂ ਦਾ ਸਾਨੂੰ ਆਸ਼ੀਰਵਾਦ ਸੀ, ਹੁਣ ਬੱਚਿਆਂ ਦਾ ਵੀ ਸਾਨੂੰ ਪਿਆਰ ਮਿਲ ਰਿਹਾ। ਹਾਏ ਵੇ, ਕੀ ਕਹਿਣਾ ਵੇ, ਮੈਨੂੰ ਲੱਗਦਾ ਫਿਰ। ਹਾਂ, ਨਾਲੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਸੀ ਕਿ ਹੁਣ ਸਾਡਾ ਪ੍ਰੋਗਰਾਮ ਜਿਹੜਾ ਪਹਿਲਾਂ ਅੱਧੇ ਘੰਟੇ ਦਾ ਹੁੰਦਾ ਸੀ, ਸਾਰਿਆਂ ਨੂੰ ਨਾ ਬੜੀ ਜ਼ਿਆਦਾ ਪ੍ਰੋਬਲਮ ਹੁੰਦੀ ਸੀ, ਕਹਿੰਦੇ ਅੱਧੇ ਘੰਟੇ ਦਾ ਪ੍ਰੋਗਰਾਮ ਹੈ, ਸਾਡਾ ਫੋਨ ਨਹੀਂ ਲੱਗਦਾ, ਸਾਡੇ ਨਾਲ ਗੱਲ ਨਹੀਂ ਹੁੰਦੀ। ਮੈਂ ਵੀ ਇਹਨਾਂ ਨੂੰ ਕਿਹਾ, ਮੈਂ ਕਿਹਾ ਜੇ ਪ੍ਰੋਗਰਾਮ ਕਰੋਗੇ ਇੱਕ ਘੰਟੇ ਦਾ ਤਾਂ ਉਦੋਂ ਹੀ ਆਏਗੀ ਗੁਲਾਬੋ। ਵੈਸੇ ਨਾ ਮੰਡੇ ਔਰ ਟਿਊਜ਼ਡੇ ਪ੍ਰੋਗਰਾਮ ਹੋਇਆ ਕਰੇਗਾ ਇੱਕ ਘੰਟੇ ਦਾ, ਅਤੇ ਇਸ ਤੋਂ ਬਾਅਦ ਸ਼ਨੀਵਾਰ ਦੇ ਦਿਨ ਮੈਂ ਆਇਆ ਕਰਾਂਗੀ ਸਿਰਫ ਅੱਧੇ ਘੰਟੇ ਵਾਸਤੇ। ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੀ ਲੈਂਥ ਨੂੰ ਹੋਰ ਵਧਾ ਸਕਦੇ ਹਾਂ, ਯਾਨੀ ਕਿ ਸ਼ਨੀਵਾਰ ਨੂੰ ਵੀ ਜ਼ਿਆਦਾ ਵਧਾ ਸਕਦੇ ਹਾਂ, ਲੇਕਿਨ ਫਿਲਹਾਲ ਵਾਸਤੇ ਅਸੀਂ ਇੰਨਾ ਰੱਖਿਆ। ਔਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ, ਆਹ ਦਿਖਾਈ ਮੇਰੇ ਜਿਹੜਾ ਈਮੇਲ ਦਾ ਐਡਰੈਸ ਸਾਡਾ ਹੈਗਾ ਕਿ ਈਮੇਲ ਵੀ ਬਣਾਈਏ ਮੈਂ ਤਾਂ ਆਪਣੀ। ਹਾਂ, ਔਰ ਬੜੀ ਜਲਦੀ ਹੀ ਅਸੀਂ ਵਟਸਐਪ 'ਤੇ ਵੀ ਆਵਾਂਗੇ, ਜਿਸ ਦੇ ਵਿੱਚ ਤੁਸੀਂ ਸਾਨੂੰ ਆਪਣੇ ਮੈਸੇਜਸ ਜਿਹੜੇ ਨੇ ਉਹ ਭੇਜ ਸਕਦੇ ਹੋ। ਜੇ ਇਨਕੇਸ ਤੁਹਾਡਾ ਫੋਨ ਨਹੀਂ ਮਿਲਦਾ ਪਿਆ, ਕਾਲ ਨਹੀਂ ਲੱਗ ਪਾ ਰਹੀ, ਤਾਂ ਤੁਸੀਂ ਸਾਨੂੰ ਵਟਸਐਪ 'ਤੇ ਮੈਸੇਜ ਕਰਕੇ ਆਪਣਾ ਸੁਨੇਹਾ ਦੇ ਸਕਦੇ ਹੋ। ਅਗਲਾ ਫੋਨ ਸਾਡੇ ਕੋਲ। ਹੈਲੋ 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 ਹੈਲੋ, ਕੌਣ ਬੋਲ ਰਿਹਾ? ਮੈਂ। ਹਾਂਜੀ, ਤੁਸੀਂ ਕੌਣ ਬੋਲ ਰਿਹਾ? ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਆਰਸ਼ਦੀਪ, ਫੋਨ ਸਪੀਕਰ ਤੋਂ ਹਟਾ ਦੋ ਨਾ। ਸਪੀਕਰ ਸੇ ਫੋਨ ਹਟਾ ਦੋ। ਹੈਲੋ ਹੈਲੋ ਹੈਲੋ, ਹਾਂਜੀ, ਤੁਸੀਂ ਅਰਸ਼ਦੀਪ ਬੋਲਦੇ ਹੋ? ਕਿੱਥੋਂ ਬੋਲਦੇ ਹੋ ਅਰਸ਼ਦੀਪ? ਹੈਲੋ ਹੈਲੋ ਹੈਲੋ, ਮੈਂ ਬੋਲਦਾ ਅਰਸ਼ਦੀਪ। ਅਰਸ਼ਦੀਪ, ਕਿੱਥੋਂ ਬੋਲਦੇ ਹੋ ਤੁਸੀਂ? ਕਿੱਥੋਂ ਬੋਲਦੇ ਹੋ? ਮੈਨੂੰ ਮਾਫ਼ੀ ਮੰਗਣੀ ਪਏਗੀ, ਮੈਨੂੰ ਇਹ ਬੱਚਾ ਬੜਾ ਹੀ ਸਵੀਟ ਲੱਗਿਆ ਜੀ, ਪਰ ਮੇਰੀ ਇਹਦੇ ਨਾਲ ਗੱਲ ਨਹੀਂ ਹੋ ਪਾ ਰਹੀ। ਨੈਕਸਟ ਟਾਈਮ ਨਾ ਕੋਈ ਵੱਡਾ ਨਾਲ ਖੜੇ ਹੋ ਕੇ ਫਿਰ ਇਹਦੇ ਨਾਲ ਗੱਲ ਕਰਾਇਓ ਮੇਰੀ, ਪਰ ਮੈਂ ਹੁਣ ਫਿਲਹਾਲ ਗੱਲ ਕਰਦੀ ਆਪਣੇ ਅਗਲੇ ਕਾਲਰ ਨਾਲ। ਹੈਲੋ ਹੈਲੋ ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ? ਪ੍ਰਨੀਤ। ਪ੍ਰਨੀਤ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ, ਕਿੱਥੋਂ ਬੋਲ ਰਹੇ ਹੋ? ਹਾਂਜੀ, ਥਰਡ ਵਿੱਚ ਪੜ੍ਹਦੇ ਹੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਇੰਡੀਆਨਾ। ਇੰਡੀਆਨਾ, ਅਸੀਂ ਵੀ ਇੰਡੀਆ ਤੋਂ ਬੋਲਦੇ ਹਾਂ, ਲੇਕਿਨ ਸਾਡੇ ਨਾਲ ਨਾ ਨਹੀਂ ਲੱਗਿਆ, ਸਾਡੇ ਇੱਥੇ ਹਰ ਗੱਲ ਦੇ ਉੱਤੇ ਨਾ ਨਾ ਸੁਣਨ ਨੂੰ ਮਿਲਦੀ ਹੈ। ਆਹ ਕੰਮ ਕਰ ਦੋਗੇ ਨਾ, ਉਹ ਕੰਮ ਕਰ ਦੋਗੇ ਨਾ, ਆਹ ਕੰਮ ਕਰ ਸਕਦੇ ਨਾ, ਲੇਕਿਨ ਅਸੀਂ ਰਹਿੰਦੇ ਇੰਡੀਆ ਦੇ ਵਿੱਚ ਹੀ ਹਾਂ। ਤੁਸੀਂ ਇੰਡੀਆ ਆਇਓ ਕਦੇ? ਹਾਂਜੀ। ਅਤੇ ਤੁਹਾਨੂੰ ਆਪਣੀ ਗੁਲਾਬੋ ਪਹਿਲੀ ਵਾਰੀ ਦੇਖੀ ਹੈ ਕਿ ਪਹਿਲਾਂ ਵੀ ਦੇਖੀ ਹੈ? ਸੈਕਿੰਡ ਟਾਈਮ ਦੇਖਿਆ, ਪਹਿਲਾਂ ਨਿੱਕੀ ਗੁਲਾਬੋ ਦੇਖੀ ਸੀ। ਹਾਂਜੀ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ? ਸਾਡਾ ਘਰ ਕਿੱਦਾਂ ਦਾ ਲੱਗ ਰਿਹਾ? ਇੰਨਾ ਵੱਡਾ ਘਰ ਹੈ ਸਾਡਾ, ਇੱਡਾ ਵੱਡਾ ਘਰ ਹੈ ਸਾਡਾ।
ਆਓਗੇ ਮੇਰੇ ਘਰ ਦੇ ਵਿੱਚ ਜਦੋਂ ਇੰਡੀਆ ਆਏ ਨਾ, ਮੋਸਟ ਵੈਲਕਮ। ਮੈਂ ਇੱਥੇ ਬੈਠ ਕੇ ਤੁਹਾਨੂੰ ਪੰਜਾਬੀ ਫੂਡ ਖਵਾਉਂਗੀ, ਠੀਕ ਹੈ? ਅੱਛਾ, ਠੀਕ ਹੈ, ਬਾਏ। ਵਾਹ ਜੀ ਵਾਹ, ਅੱਜ ਮਜ਼ਾ ਆ ਗਿਆ। ਮੈਨੂੰ ਲੱਗ ਰਿਹਾ ਕਿ ਮੈਂ ਬਲੈਸਡ ਹਾਂ, ਕਿਉਂਕਿ ਬੱਚੇ ਜਿਹੜੇ ਨੇ ਉਹ ਰੱਬ ਦਾ ਰੂਪ ਹੁੰਦੇ, ਔਰ ਇੰਨੇ ਸਾਰੇ ਬੱਚਿਆਂ ਨੇ ਮੈਨੂੰ ਫੋਨ ਕੀਤਾ। ਪਰ ਮੈਂ ਰਿਕੁਐਸਟ ਕਰਦੀ ਹਾਂ ਨਾਲ ਹੀ ਸਾਡੇ ਬਜ਼ੁਰਗਾਂ ਨੂੰ ਵੀ, ਲੇਡੀਜ਼ ਨੂੰ, ਜੈਂਟਸ ਨੂੰ, ਵੈਸੇ ਸਾਰੇ ਸਭ ਮੇਰੇ ਸ਼ੋਅ ਦੇ ਵਿੱਚ ਕਾਲ ਕਰਨ ਔਰ ਮੈਨੂੰ ਦੱਸਣ ਕਿ ਹੁਣ ਤੁਹਾਨੂੰ ਸਾਡਾ ਨਵਾਂ ਸੈੱਟ ਕਿੱਦਾਂ ਦਾ ਲੱਗ ਰਿਹਾ, ਪ੍ਰੋਗਰਾਮ ਦਾ ਨਵਾਂ ਰੂਪ ਕਿੱਦਾਂ ਦਾ ਲੱਗ ਰਿਹਾ। ਲੇਕਿਨ ਇਹ ਸਭ ਦੱਸਣ ਦਾ ਮੌਕਾ ਮਿਲੇਗਾ ਤੁਹਾਨੂੰ ਬ੍ਰੇਕ ਤੋਂ ਬਾਅਦ। ਉਹ ਚੁੱਪ ਕਰ ਦੇ ਕਿ ਛਿੱਤਰ ਖਾ ਕੇ ਚੁੱਪ ਕਰੋਗੇ, ਮੈਨੂੰ ਫੌਰਨ ਤੋਂ ਫੋਨ ਆਉਂਦੇ ਪਏ ਆ ਏਡੇ ਤਮੀਜ਼ ਵਾਲੇ ਬੱਚਿਆਂ। ਆਹ ਦੇਖ ਕਿਹੋ ਜਿਹੇ ਪਰਾਉਣੇ ਆਏ ਆ ਸਾਡੇ ਘਰ। ਖੈਰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਅੰਦਰ ਬੱਚੇ ਜਿਹੜਾ ਹੌਲੀ ਹੌਲੀ ਗੱਲਾਂ ਕਰੋ, ਸ਼ਰਾਰਤਾਂ ਨਹੀਂ ਕਰਨੀਆਂ। ਉਹ ਜੀ ਐਕਚੁਲੀ ਇੰਨੇ ਸਾਰੇ ਪਿਆਰੇ ਪਿਆਰੇ ਬੱਚਿਆਂ ਦਾ ਫੋਨ ਆਇਆ, ਸਾਡੇ ਘਰ ਵੀ ਕੋਈ ਪੁਰਾਣੇ ਆਏ ਹੋਏ ਨੇ। ਤੁਹਾਨੂੰ ਪਤਾ ਨਾ, ਪਿੰਡਾਂ ਦੇ ਨਿਆਣੇ ਸਾਡੇ ਨਿੱਕੇ ਨਿੱਕੇ, ਫਿਰ ਗੱਲਾਂ ਵੀ ਉੱਦਾਂ ਹੀ ਹੁੰਦੀਆਂ, ਤੇਰੀ ਉੱਦਾਂ ਦੀ ਇੱਦਾਂ ਦੀ। ਖੈਰ ਕੋਈ ਗੱਲ ਨਹੀਂ, ਵੈਲਕਮ ਬੈਕ ਟੂ ਗੱਲਾਂ ਵਿਦ ਗੁਲਾਬੋ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੀ। ਗੁਲਾਬੋ ਤੁਹਾਡੇ ਲਈ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਆ ਗਈ ਹੈ ਵਾਪਸ ਲੈ ਕੇ ਤੁਹਾਡਾ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਗੱਲਾਂ ਵਿਦ ਗੁਲਾਬੋ। ਔਰ ਨਾ 347-252-1232। ਲੇਕਿਨ ਹੁਣ ਮੈਂ ਬੱਚਿਆਂ ਨਾਲ ਬੜੀ ਗੱਲ ਕਰ ਲਈ, ਜੇ ਹੋਰ ਵੀ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਨੇ, ਪਰ ਬਜ਼ੁਰਗਾਂ ਦਾ, ਲੇਡੀਜ਼ ਦਾ, ਤੁਸੀਂ ਕਿੱਥੇ ਗੁਆਚ ਗਏ ਹੋ ਮੈਨੂੰ ਫੋਨ ਕਰੋ, ਮੈਨੂੰ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ, ਕਿਉਂਕਿ ਮੈਂ ਤੁਹਾਡੇ ਸਾਰਿਆਂ ਦੀ ਗੁਲਾਬੋ ਨੇ ਤੁਹਾਨੂੰ ਇੰਨਾ ਸਾਰਾ ਮਿਸ ਕੀਤਾ। ਪਰ ਤੁਸੀਂ ਮੈਨੂੰ ਕਿੰਨਾ ਕੁ ਮਿਸ ਕੀਤਾ, ਫੋਨ ਕਰਕੇ ਤੁਸੀਂ ਮੈਨੂੰ ਦੱਸਣਾ ਅਸੀਂ ਨਵਾਂ ਘਰ ਪਾਇਆ, ਮੁਬਾਰਕਾਂ ਦੇ ਦਿਓ, ਮੈਂ ਗ੍ਰਹਿ ਪ੍ਰਵੇਸ਼ ਕੀਤਾ ਹੈ। ਔਰ ਅਸੀਂ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਰੇ ਇੱਧਰ ਆਪਣੀਆਂ ਤਿਆਰੀਆਂ ਕਰ ਲਈਆਂ ਸੀ, ਮਿਠਾਈਆਂ ਮਿਠੂਈਆਂ ਇਕੱਲੇ ਖਾ ਗਏ, ਮੈਨੂੰ ਪੁੱਛਿਆ ਵੀ ਹੈ ਨਹੀਂ ਕਿਸੇ ਨੇ, ਮੇਰਾ ਮੂੰਹ ਤੱਕ ਨਹੀਂ ਮਿੱਠਾ ਕਰਾਇਆ। ਲੇਕਿਨ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਮੈਨੂੰ ਵੈਸੇ ਇੱਕ ਮਿਠਾਸ ਭਰ ਜਾਂਦੀ ਹੈ। ਸੋ ਤੁਸੀਂ ਮੈਨੂੰ ਜਲਦੀ ਦੇ ਨਾਲ ਕਾਲ ਕਰ ਦਿਓ, 347-252-1232। ਇਹ ਮੇਰਾ ਡਾਇਰੈਕਟ ਫੋਨ ਲਾਈਨ ਨੰਬਰ ਹੈ ਜਿਸਦੇ ਉੱਤੇ ਲਾਈਵ ਗੱਲਬਾਤ ਹੋ ਸਕਦੀ ਹੈ। ਔਰ ਬੜੀ ਹੀ ਜਲਦੀ ਅਸੀਂ ਇੱਕ ਫੋਨ ਲਾਈਨ ਕਹਿ ਰਹੀ ਹਾਂ, ਵਟਸਐਪ ਦਾ ਨੰਬਰ ਜਿਹੜਾ ਅਸੀਂ ਸਟਾਰਟ ਕਰਾਂਗੇ, ਜਿਹਦੇ ਉੱਤੇ ਤੁਸੀਂ ਸਾਨੂੰ ਵਟਸਐਪ 'ਤੇ ਮੈਸੇਜਸ ਵੀ ਕਰ ਸਕਦੇ ਹੋ। ਔਰ ਨਾਲ ਦੀ ਨਾਲ ਈਮੇਲ ਐਡਰੈਸ ਤਾਂ ਇੱਥੇ 24 ਘੰਟੇ ਆਉਂਦਾ ਰਹਿੰਦਾ, ਈਮੇਲ ਐਡਰੈਸ ਦੇ ਉੱਤੇ ਈਮੇਲਸ ਵੀ ਕਰੋ ਔਰ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ। ਜੇ ਕਿਸੇ ਨੂੰ ਕੋਈ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ, ਅਮੈਰੀਕਾ ਔਰ ਕੈਨੇਡਾ ਦੇ ਵਿੱਚ ਫੁੱਲ ਔਨ ਇਸ ਵਕਤ ਚੈਨਲ ਸਾਡਾ ਵੇਖਿਆ ਜਾ ਰਿਹਾ ਗਲੋਬਲ ਪੰਜਾਬ ਟੀ ਵੀ, ਔਰ ਸਾਡੇ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਪਸੰਦ ਕਰੀ ਜਾਂਦੇ, ਮੈਂ ਤਾਂ ਫਿਰ ਸੋਚਿਆ ਕਿ ਵੀ ਆਪਣਾ ਜਿਹੜੇ ਆਪਣੇ ਫੈਨ ਨੇ, ਮੈਂ ਸਾਰੇ ਫੈਨ ਨਹੀਂ, ਐਕਚੁਲੀ ਮੇਰੇ ਰਿਸ਼ਤੇਦਾਰ ਬਣ ਚੁੱਕੇ ਹੋ, ਮੇਰੇ ਦੋਸਤ ਬਣ ਚੁੱਕੇ ਹੋ ਤੁਸੀਂ ਸਾਰੇ। ਸੋ ਤੁਹਾਡੇ ਸਾਰਿਆਂ ਦੇ ਨਾਲ ਮੈਨੂੰ ਬੜਾ ਜ਼ਿਆਦਾ ਪਿਆਰ ਹੈ। ਔਰ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ, ਇੱਥੇ ਇੱਕ ਬੰਦਾ ਬੜਾ ਜ਼ਿਆਦਾ ਰੋਸ ਜਾਂਦਾ, ਰੁਸਦਾ ਰੁਸਦਾ ਵੀ ਹੱਸੇ ਹੱਸਦੇ ਕਹਿੰਦਾ ਹੁੰਦਾ, ਸਾਰਿਆਂ ਦਾ ਨਾਂ ਲੈਤਾ, ਮੇਰਾ ਨਾਂ ਨਹੀਂ ਲਿੱਤਾ, ਇੱਦਾਂ ਕਿੱਦਾਂ ਸ਼ਰਮਾ ਸਾਹਿਬ ਕੈਮਰੇ ਦੇ ਪਿੱਛੇ ਖਲੋ ਕੇ। ਤੁਹਾਨੂੰ ਪਤਾ ਮੈਨੂੰ ਤੁਹਾਡੇ ਤੱਕ ਪਹੁੰਚਾਉਣ ਵਾਲੇ ਅਸਲ ਦੇ ਵਿੱਚ ਤਾਂ ਇਹੀ ਨੇ, ਇਹਨਾਂ ਤੋਂ ਇਲਾਵਾ ਤਾਂ ਕੋਈ ਵੀ, ਬਹੁਤ ਸਾਰੇ ਆ, ਹੋਰ ਵੀ ਬਹੁਤ ਸਾਰੇ ਹੈ, ਲੇਕਿਨ ਇਹਨਾਂ ਦੇ ਬੜੀ ਜ਼ਿਆਦਾ ਮਿਹਨਤ ਰਹਿੰਦੀ ਹੈ ਸਾਡੀ ਟੈਕਨੀਕਲ ਟੀਮ ਦੀ, ਸਾਡੇ ਮੈਨੂੰ ਖਾਸ ਤੌਰ 'ਤੇ ਜੇ ਕਿਤੇ ਅਸਲੀ ਰੂਪ ਦੇ ਵਿੱਚ ਤੁਹਾਡੇ ਕੋਲ ਆ ਗਈ ਨਾ, ਚੀਕਾਂ ਨਾ ਮਾਰ ਦਿਓ। ਆਹ ਮੇਕਅਪ ਵਾਲੇ ਨੇ ਮੈਨੂੰ ਸਜਾਇਆ ਇੰਨਾ, ਆਹ ਪ੍ਰੋਡਕਸ਼ਨ ਵਾਲਾ ਜੀ ਐਡਾ ਸਾਰਾ ਸਮਾਨ ਬੰਦਾ ਲੈ ਕੇ ਆਇਆ, ਵਿਚਾਰੇ ਨੇ ਕਿੰਨਾ ਭਾਰ ਚੁੱਕਿਆ, ਆਪ ਹੀ 1-2 ਕਿਲੋ ਤਾਂ ਇਹਦਾ ਵੈਸੇ ਹੀ ਘੱਟ ਗਿਆ ਭਾਰ ਸਮਾਨ ਚੁੱਕ ਚੁੱਕ ਕੇ। ਉਹ ਸਾਡੀ ਬਾਠ ਮੈਡਮ, ਓ ਮਾਈ ਗੋਡ, ਉਹਨਾਂ ਦੇ ਬਾਠ ਸਾਹਿਬ ਅਤੇ ਬਾਠ ਮੈਡਮ, ਕੀ ਦੱਸਾਂ ਤੁਹਾਨੂੰ ਗੱਲਾਂ, ਇੱਕ ਦਿਨ ਮੈਂ ਆਊਂਗੀ ਉਹਨਾਂ ਦੀਆਂ ਗੱਲਾਂ ਲੈ ਕੇ। ਲੇਕਿਨ ਗੱਲਾਂ ਵਿਦ ਗੁਲਾਬੋ ਦੇ ਵਿੱਚ ਤੁਸੀਂ ਆਪਣੇ ਦਿਲ ਦੀ ਹਰ ਗੱਲ ਕਰ ਸਕਦੇ ਹੋ, ਅਤੇ ਸਾਡੇ ਨਾਲ ਹੁਣ ਅਗਲੀ ਗੱਲ ਕਰਨ ਵਾਸਤੇ ਕੋਈ ਆ ਚੁੱਕੇ ਨੇ। ਹੈਲੋ 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 ਹੈਲੋ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਅਜੀਤ ਸਿੰਘ। ਕੀ ਨਾਮ ਹੈ? ਰੀਤ ਸਿੰਘ। ਰੀਤ ਸਿੰਘ, ਰੀਤ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੁਸੀਂ? ਪ੍ਰੀ ਸਕੂਲ ਦੇ ਵਿੱਚ ਮੈਂ ਵੀ ਸਕੂਲ ਜਾਂਦੀ ਹੁੰਦੀ ਸੀਗੀ ਛੋਟੇ ਹੁੰਦੇ, ਮੈਂ ਵੱਡੇ ਹੋ ਗਈ, ਮੈਂ ਜਾਣਾ ਬੰਦ ਕਰਤਾ। ਤੁਸੀਂ ਪਹਿਲੀ ਵਾਰੀ ਪ੍ਰੋਗਰਾਮ 'ਚ ਫੋਨ ਕੀਤਾ? ਤੁਸੀਂ ਪਹਿਲੀ ਵਾਰੀ ਫੋਨ ਕੀਤਾ ਮੈਨੂੰ ਸ਼ੋਅ 'ਚ? ਹੈਲੋ, ਮੈਡਮ ਤੋਂ ਪਹਿਲਾਂ ਫੋਨ ਨਹੀਂ ਸੀ ਕੀਤਾ ਕਦੇ ਵੀ? ਕੀਤਾ ਸੀ। ਕਿਹਨੂੰ ਕੀਤਾ ਸੀ? ਦੂਜੀ ਦੀਦੀ ਨੂੰ ਮੈਂ ਵਾਪਸ ਲੈ ਕੇ ਆਊਂਗੀ ਤੁਹਾਡੇ ਸਾਰਿਆਂ ਦੇ ਨਾਲ ਹੈਲੋ ਕਰਾਉਣ ਲਈ, ਠੀਕ ਹੈ? ਥੈਂਕ ਯੂ ਸੋ ਮੱਚ ਬੇਬੀ ਫੋਰ ਕਾਲਿੰਗ ਮੀ, ਲਵ ਯੂ ਸੋ ਮੱਚ, ਆਈ ਐਮ ਸੋ ਬਲੈਸਡ ਕਿ ਅੱਜ ਮੈਨੂੰ ਇੰਨੇ ਸਾਰੇ ਬੱਚਿਆਂ ਦਾ ਫੋਨ ਆਇਆ ਹੈ, ਅਤੇ ਅੱਜ ਤਾਂ ਮੈਨੂੰ ਪਰਮਾਤਮਾ ਨੇ ਵੈਸੇ ਹੀ ਆਸ਼ੀਰਵਾਦ ਦੇ ਦਿੱਤਾ। ਪ੍ਰੋਗਰਾਮ ਹਿੱਟ ਹੈ,
ਬਲੇ 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 ਗੁਲਾਬੋ ਅਗਲਾ ਫੋਨ ਹੈਲੋ 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 ਕੌਣ ਬੋਲ ਰਿਹਾ ਹੈ ਅਰਸ਼ਦੀਪ ਅਰਸ਼ਦੀਪ ਓਹੋ ਤੁਹਾਡਾ ਫੋਨ ਪਹਿਲਾਂ ਕੱਟ ਗਿਆ ਸੀ ਨਾ ਅਰਸ਼ਦੀਪ ਪਹਿਲੀ ਵਾਰ ਕੀਤਾ ਸੀਗਾ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਪ੍ਰਾਊਡ ਹੈ ਮੈਨੂੰ ਕਿ ਸਾਡੇ ਨਿੱਕੇ 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 ਜਿਹੇ ਜਵਾਕ ਜਿਹੜੇ ਨੇ ਬਾਹਰ ਕੀ ਹੋਇਆ ਕਦੋਂ ਦੁੱਖ ਹੋਇਆ ਕਾਦਾ ਦੁੱਖ ਹੋਇਆ ਜੰਦੀ ਜੀ ਦੇ ਫੈਸਲੇ ਦਾ ਕਾਦਾ ਦੁੱਖ ਹੋਇਆ ਕਾਦਾ ਦੁੱਖ ਹੋਇਆ ਗਿਆਨੀ ਜੀ ਦੇ ਕੀ ਜਟਨਾਲ ਦਾ ਫੈਸਲਾ ਸੀ ਉਹ ਤਾਂ ਮੈਨੂੰ ਤਾਂ ਤੁਹਾਡੀ ਆਵਾਜ਼ ਹੀ ਨਹੀਂ ਸਮਝ ਆਉਂਦੀ ਪਈ ਕੀ ਕਹਿੰਦੇ ਪਏ ਹੋ ਤੁਸੀਂ ਓ ਬੜੀ ਪਿਆਰੀ ਜੀ ਗੱਲ ਕੋਈ ਕਹਿਣ ਲੱਗਾ ਸੀ ਪਰ ਮੈਨੂੰ ਸਮਝ ਨਹੀਂ ਆਈ ਉਸਦੀ ਗੱਲ ਅਰਸ਼ਦੀਪ ਅਗਲੀ ਵਾਰ ਫੋਨ ਜ਼ਰੂਰ ਕਰਨਾ ਅਗਲਾ ਫੋਨ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਮੈਂ ਕੁਲਦੀਪ ਬੋਲਦੀ ਹਾਂ ਜੀ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਵਰਜੀਨੀਆ ਤੋਂ ਬੋਲਦੇ ਹਾਂ ਜੀ ਵਰਜੀਨੀਆ ਤੋਂ ਅੱਛਾ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਬੇਬੀ ਨੇ ਵੀ ਪਹਿਲਾਂ ਕਾਲ ਕੀਤਾ ਨਾ ਨਹੀਂ ਨਹੀਂ ਮੇਰਾ ਬੇਬੀ ਅੱਛਾ ਨਹੀਂ ਕੀਤਾ ਲੈ ਤੇ ਕੁਲਦੀਪ ਇਕੱਲੇ ਕੋਈ ਇੱਕ ਥੋੜੀ ਹੋ ਸਕਦੇ ਆ ਮੈਨੂੰ ਕਿਸੇ ਹੋਰ ਨੇ ਫੋਨ ਕੀਤਾ ਸੀ ਬੱਚੇ ਨੇ ਉਹਦੇ ਮੰਮਾ ਦਾ ਨਾਮ ਸੀਗਾ ਕੁਲਦੀਪ ਹੈਨਾ ਅੱਛਾ ਗੁਲਾਬੋ ਦੇ ਵਿੱਚ ਤੁਸੀਂ ਜੀ ਪੁੱਛੋ ਤੁਸੀਂ ਕਿੱਥੇ ਲੱਗੇ ਸੀ ਜਾ ਕੇ ਮੈਨੂੰ ਨਾ ਪਤਾ ਮੈਂ ਨਹੀਂ ਦੱਸਦੀ ਮੈਨੂੰ ਇੰਨੇ ਚਿਰ ਤੋਂ ਕਿਸੇ ਨੇ ਪੁੱਛਿਆ ਤੇ ਹੈ ਨਹੀਂ ਅੱਜ ਮੈਂ ਆਈ ਹਾਂ ਵਾਪਸ ਤਾਂ ਪੁੱਛਦੇ ਪਏ ਕਿੱਥੇ ਗਈ ਸੀ ਤੂੰ ਨਹੀਂ ਨਹੀਂ ਮੈਂ ਤੇ ਬੜਾ ਮਿਸ ਕੀਤਾ ਤੁਹਾਨੂੰ ਜੀ ਨਾ ਨਹੀਂ ਮੈਂ ਨਹੀਂ ਮੈਨੂੰ ਕੋਈ ਈਮੇਲ ਤੇ ਕੀਤੀ ਨਹੀਂ ਫਿਰ ਦੇਸੀ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਸੈੱਟ ਤੇ ਇਕੱਠੇ ਕੀਤੀਆਂ ਆਪਣੇ ਘਰ ਦੇ ਵਿੱਚ ਨਾਟ ਸੈੱਟ ਤੇ ਐਕਚੁਅਲੀ ਮੇਰਾ ਘਰ ਹੈ ਇਹ ਆ ਮੇਰੇ ਕੋਠੀ ਪਾਈ ਆ ਕੋਠੀ ਪਸੰਦ ਹੈ ਖੇਤ ਵੀ ਹੈਗਾ ਥੋੜਾ ਜਿਹਾ ਸਾਡੇ ਕੋਲ ਖਾਲੀ ਪਿਆ ਉੱਥੇ ਆ ਕੇ ਆਪਣੀ ਬੀਜ ਜੋ ਬੀਜਣਾ ਉਹ ਬੀਜ ਸਕਦੇ ਹੋ ਤੁਸੀਂ ਆਪਾਂ ਸਬਜ਼ੀਆਂ ਲਾ ਲਾਂਗੇ ਭੈਣੇ ਫਿਰ ਨਾ ਸਬਜ਼ੀਆਂ ਅੱਧੀਆਂ ਅੱਧੀਆਂ ਵੰਡ ਲਿਆ ਕਰਾਂਗੇ ਕਦੀ ਪਾਣੀ ਤੁਸੀਂ ਪਾ ਦਿਓ ਕਦੀ ਮੈਂ ਪਾ ਦਿਆਂਗੀ ਠੀਕ ਹੈ ਤੇ ਕੁਲਦੀਪ ਜੀ ਹੁਣ ਸ਼ੋਅ ਦੇ ਵਿੱਚ ਰੈਗੂਲਰ ਕਾਲ ਕਰਨਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਜ਼ਿਆਦਾ ਸੱਚੀ ਮਿਸ ਕੀਤਾ ਹਾਂਜੀ ਠੀਕ ਹੈ ਜੀ ਮੈਂ ਜ਼ਰੂਰ ਗੱਲ ਕਰੂੰਗੀ ਫੋਨ ਤੁਹਾਨੂੰ ਚੰਗਾ ਜੀ ਸਤਿ ਸ਼੍ਰੀ ਅਕਾਲ ਮੈਂ ਅਗਲਾ ਫੋਨ ਜ਼ਰਾ ਸੁਣ ਲਾਂ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਕੌਣ ਆ ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਜੀ ਪਰਮੀ ਹਾਂਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਖੈਰ ਕੋਈ ਗੱਲ ਨਹੀਂ ਫੋਨ ਆਇਆ ਫੋਨ ਕੱਟ ਗਿਆ ਬੜਾ ਦੁੱਖ ਲੱਗਦਾ ਜਦੋਂ ਫੋਨ ਕੱਟਦਾ ਖੈਰ ਕੋਈ ਨਾ ਵੈਸੇ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਪਹਿਲੇ ਤੁਹਾਨੂੰ ਪਤਾ ਨਾ ਉਹ ਜਿਹੜੀ ਉਹ ਇੱਕ ਚੀਜ਼ 'ਤੇ ਬੈਨ ਲੱਗਿਆ ਸੀ ਉਹ ਦੁਬਾਰਾ ਸ਼ੁਰੂ ਹੋ ਗਈ ਇੰਡੀਆ ਦੇ ਵਿੱਚ ਮੈਂ ਨਾ ਨਹੀਂ ਹੁਣੇ ਲੈਣਾ ਮੈਂ ਉਹ ਵੀ ਆਵਾਂਗੀ ਵਾਪਸ ਇੱਕ ਵਾਰੀ ਫੇਰ ਬਣ ਕੇ ਕਿਉਂਕਿ ਹੁਣ ਮੇਰੇ ਕੋਲ ਨਾ ਸਰਕਾਰੀ ਏਡਾ ਵੱਡਾ ਇੰਨੇ ਲੋਕ ਆਉਣੇ ਘਰ ਦੇ ਵਿੱਚ ਤਾਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਇੱਧਰ ਆਈ ਲੋਕਾਂ ਨੇ ਮੈਨੂੰ ਕਿਹਾ ਗੁਲਾਬੋ ਆਪਣੀ ਕੋਠੀ ਦੇ ਵਿੱਚ ਸਾਨੂੰ ਇੱਕ ਕਮਰਾ ਹੀ ਕਿਰਾਏ 'ਤੇ ਦੇ ਦੇ ਲੇਕਿਨ ਮੈਂ ਨਾ ਬੜੇ ਦੇਖ ਕੇ ਕਿਰਾਏਦਾਰ ਰੱਖਣੇ ਆ ਪਰ ਨਾ ਹੁਣ ਇਸ ਇਹ ਜਿਹੜਾ ਅਸੀਂ ਆਪਣਾ ਮੰਜਾ ਲੈ ਕੇ ਆਏ ਹਾਂ ਇੱਥੇ ਇਸ ਮੰਜੇ ਦੇ ਉੱਤੇ ਇੰਨੇ ਸਾਰੇ ਮਹਿਮਾਨ ਆਉਣਗੇ ਸਾਡੇ ਘਰ ਦੇ ਵਿੱਚ ਮੈਂ ਕਿਉਂਕਿ ਖਾਣ ਪੀਣ ਦਾ ਵੀ ਇੱਥੇ ਅਰੇਂਜਮੈਂਟ ਜਿਹਾ ਕਰ ਹੀ ਲਿਆ ਹੈਗਾ ਹੁਣ ਸੋ ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਸੱਦਾ ਦਿੰਦੀ ਹਾਂ ਕਿ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਆਓ ਲੇਕਿਨ ਤੁਸੀਂ ਸਾਰੇ ਮੈਨੂੰ ਫੋਨ ਕਰੋ 347-252-1232 ਇਹ ਮੇਰੀ ਇੱਕ ਡਾਇਰੈਕਟ ਫੋਨ ਲਾਈਨ ਨੰਬਰ ਹੈ ਜਿਸ ਦੇ ਉੱਤੇ ਤੁਹਾਡੇ ਸਾਰਿਆਂ ਦੇ ਨਾਲ ਮੇਰਾ ਡਾਇਰੈਕਟ ਇੱਕ ਮੇਲ ਮਿਲਿਆ ਪੜਾ ਤੂੰ ਕੀ ਦੇ ਦੋ ਕੀ ਦੇ ਦਾ ਆ ਇੱਕ ਜੀਤੂ ਖੜਿਆ ਦੱਸ ਮੈਨੂੰ ਐ ਘੋਰੀ ਚਲੀ ਜਾਂਦਾ ਏਡੀ ਦੇਰ ਹੋ ਗਈ ਮੈਂ ਤੈਨੂੰ ਕੁਛ ਕੀਆ ਹੈ ਸੌਰੀ ਮੰਗ
ਹਾਂ ਬਣ ਗਿਆ ਮੁਰਗਾ ਪਿੱਛੇ। ਖੈਰ ਕੋਈ ਗੱਲ ਨਹੀਂ, ਮੁਰਗਾ ਮੁਰਗੇ ਤੋਂ ਯਾਦ ਆਇਆ, ਮੁਰਗੇ ਸ਼ੁਰਗੇ ਖਾਈ ਜਾਂਦੇ ਹੋ ਫਿਰ। ਹਾਂ ਕੀ ਗੱਲ ਤੁਹਾਨੂੰ, ਇੰਨਾ ਚਿਰ ਹੋ ਗਿਆ ਮੈਨੂੰ ਜਿਹੜਾ ਮੈਸੇਜ ਕੀਤਾ ਕੁਤਾ ਹੈਗੇ ਨਹੀਂ ਕੀਤਾ। ਮੈਨੂੰ ਪਤਾ ਕਿੰਨੀ ਤੁਹਾਡੀ ਸਾਰਿਆਂ ਦੀ ਯਾਦ ਆਈ। ਐਤਕੀ ਵਾਰੀ ਮੈਂ ਦੱਸਦਾ ਮੈਂ ਗੁਲਾਬੋਂ ਆਈ ਹਾਂ, ਮੈਂ ਫਿਰ ਰੁੱਸ ਜਾਣਾ। ਓਏ ਰੌਲਾ ਪਾਉਣਾ ਬੰਦ ਕਰੋ। ਆਹ ਤਾਂ ਇਹਨਾਂ ਨੇ ਸਾਡੇ ਨਾਲ ਨਿਆਣੇ ਆਏ ਹੋਏ ਘਰ ਦੇ ਵਿੱਚ, ਐਡਾ ਰੌਲਾ ਪਾਇਆ, ਐਡਾ ਰੌਲਾ ਪਾਇਆ, ਮੈਂ ਤੁਹਾਨੂੰ ਕੀ ਦੱਸਾਂ। ਤਮੀਜ਼ ਸਿੱਖ ਲਓ, ਐਡੇ ਸਾਰੇ ਫੋਨ ਆਉਂਦੇ ਪਏ ਆ ਸਪੀਕਰ ਦੇ ਉੱਤੇ, ਸੁਣਦੇ ਨਹੀਂ? ਕਿੰਨੀ ਤਮੀਜ਼ ਨਾਲ ਬੋਲਦੇ ਬਾਹਰਲੇ ਨਿਆਣੇ। ਅਕਲ ਹੈ ਨਹੀਂ ਇਹਨਾਂ ਨੂੰ। ਜਿੱਦਾਂ ਵੀ ਜਾਓ ਘਰ ਦੇ ਵਿੱਚ ਵੜੋ, ਹੈ ਸਾਨੂੰ ਚੀਜ਼ੀ ਲੈ ਦੇ, ਸਾਨੂੰ ਇਹ ਲੈ ਦੇ, ਸਾਨੂੰ ਉਹ ਲੈ ਦੇ, ਪੈਸੇ ਕੋਈ ਪੇੜਾਂ 'ਤੇ ਉੱਗਦੇ ਆ। ਇੱਕ ਮਿੰਟ, ਇਹਨਾਂ ਦਾ ਪਤਾ ਕੋਈ ਨਹੀਂ ਕਿਤੇ ਪੈਸੇ ਸੱਚੀ ਪੈਸਿਆਂ ਵਾਲੇ ਪੇੜ ਉਗਾਏ ਹੋਣ ਇਹਨਾਂ ਨੇ। ਮੈਂ ਤਾਂ ਇਹਨਾਂ ਨੂੰ ਹੁਣ ਕਈ ਵਾਰ ਕਹਿਤਾ ਕਿ ਬਈ ਮੈਂ ਤਾਂ ਵਾਪਸ ਨਹੀਂ ਜਾਣਾ, ਘੰਟੇ ਦਾ ਪ੍ਰੋਗਰਾਮ ਕਰ ਦਿੱਤਾ ਅਤੇ ਹੁਣ ਤੁਸੀਂ ਸਾਰੇ ਵੀ ਨਾ ਫੋਨ ਜਿਹੜਾ ਛੇਤੀ ਛੇਤੀ ਕਰ ਲਿਆ ਕਰੋ। ਲੇਕਿਨ ਹੁਣ ਨਾ, ਓਏ ਬਬਲੂ ਹੈ ਕੋਈ ਫੋਨ ਕਿਸੇ ਦਾ? ਹਾਏ ਤੇਰੀ ਆਵਾਜ਼ ਨਹੀਂ ਆਉਂਦੀ ਪਈ ਵੀਰੇ। ਮੈਨੂੰ ਨਾ ਬਬਲੂ ਦੀ ਆਵਾਜ਼ ਆਉਣੀ ਬੰਦ ਹੋ ਗਈ। ਖੈਰ ਕੋਈ ਗੱਲ ਨਹੀਂ, ਉਹਦਾ ਫੋਨ ਵੀ ਮੈਨੂੰ ਆਪਣੇ ਆਪ ਆ ਹੀ ਜਾਊਗਾ। ਲੇਕਿਨ ਜੇ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ, 347-252-1232 ਇਹ ਮੇਰੀ ਡਾਇਰੈਕਟ ਫੋਨ ਲਾਈਨ ਨੰਬਰ ਹੈ, ਜਿਸ ਦੇ ਉੱਤੇ ਮੈਨੂੰ ਫੋਨ ਕਰ ਸਕਦੇ ਹੋ ਔਰ ਅਸੀਂ ਤੁਹਾਡੇ ਨਾਲ ਲਾਈਵ ਗੱਲਾਂ ਬਾਤਾਂ ਕਰਾਂਗੇ, ਵਿੱਚ ਤੁਹਾਡੇ ਸਾਰਿਆਂ ਦੀ ਗੁਲਾਬੋ ਬੜੇ ਚਿਰ ਲਈ ਗਵਾਚ ਗਈ ਸੀ। ਲੇਕਿਨ ਹੁਣ ਜਦੋਂ ਮੈਂ ਵਾਪਸ ਆ ਗਈ ਹਾਂ ਤਾਂ ਤੁਹਾਡੇ ਕੋਲ ਮੌਕਾ ਹੈ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ, ਨਵੇਂ ਨਵੇਂ ਕਿਰਦਾਰ ਲੈ ਕੇ, ਨਵੇਂ ਨਵੇਂ ਮਹਿਮਾਨ ਲੈ ਕੇ, ਨਵੀਆਂ ਨਵੀਆਂ ਗੱਲਾਂ ਲੈ ਕੇ ਅਤੇ ਨਵੇਂ ਨਵੇਂ ਵਿਚਾਰ ਲੈ ਕੇ ਮੈਂ ਤੁਹਾਡੇ ਸਾਰਿਆਂ ਦੀ ਗੁਲਾਬੋ ਵਾਪਸ ਇਸੀ ਪ੍ਰੋਗਰਾਮ ਦੇ ਵਿੱਚ ਆ ਚੁੱਕੀ ਹਾਂ। ਔਰ ਹੁਣ ਅਸੀਂ ਇੰਨੀਆਂ ਸਾਰੀਆਂ ਗੱਲਾਂ ਕਰਿਆ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਇੱਕ ਨਵੇਕਲੇ ਰੂਪ ਦੇ ਵਿੱਚ ਤੁਹਾਡੇ ਸਾਰਿਆਂ ਦੀਆਂ ਦਿਲ ਦੀਆਂ ਗੱਲਾਂ ਮੇਰੇ ਨਾਲ ਤੁਸੀਂ ਕਰੋਗੇ, ਮੇਰੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਮੈਂ ਕਰਾਂਗੀ। ਔਰ ਜਦੋਂ ਅਸੀਂ ਹੁਣ ਪ੍ਰੋਗਰਾਮ ਸ਼ੁਰੂ ਦੁਬਾਰਾ ਤੋਂ ਕਰ ਹੀ ਲਿੱਤਾ, ਸੋ ਤੁਸੀਂ ਆਪਣੇ ਸੁਝਾਅ ਜਿਹੜੇ ਨੇ ਉਹ ਵੀ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਅਸੀਂ ਵਾਰ ਵਾਰ ਡਿਸਪਲੇ ਕਰਦੇ ਹੁੰਦੇ ਹਾਂ, ਸੋ ਵਟਸਐਪ ਦਾ ਨੰਬਰ ਵੀ ਜਿਹੜਾ ਸ਼ੁਰੂ ਕਰ ਲਿੱਤਾ ਜਾਏਗਾ, ਜਿਸ ਦੇ ਜ਼ਰੀਏ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਮੈਸੇਜਸ ਬਹੁਤ ਸਾਰੇ ਪਹੁੰਚਾ ਸਕਦੇ ਹੋ ਔਰ ਦੱਸ ਸਕਦੇ ਹੋ ਆਪਣੇ ਦਿਲ ਦੀਆਂ ਗੱਲਾਂ, ਆਪਣੇ ਮੈਸੇਜਸ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕੋਈ ਵਿਸ਼ਿਜ਼ ਵੀ ਕਰਨੀਆਂ ਹੁੰਦੀਆਂ ਨੇ, ਕਈ ਵਾਰੀ ਦੁੱਖਣਾ ਵੀ ਸੁਣਾਉਣਾ ਹੁੰਦਾ। ਵੈਸੇ ਰੱਬ ਨਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਕੋਈ ਦੁੱਖ ਆਏ, ਸੁੱਖਾਂ ਦੀਆਂ ਗੱਲਾਂ ਸੁਣਾਓ, ਖੁਸ਼ੀਆਂ ਦੀਆਂ ਗੱਲਾਂ ਸੁਣਾਓ। ਔਰ ਆਪਣੇ ਘਰ ਦੇ ਵਿੱਚ ਇਸ ਵਕਤ ਸਾਰੇ ਜਿਹੜੇ ਮੈਨੂੰ ਪਤਾ ਡਿਨਰ ਟਾਈਮ ਹੈਗਾ, ਸੋ ਤੁਸੀਂ ਸਾਰੇ ਆਪਣੇ ਡਿਨਰ ਨੂੰ ਇੰਜੋਏ ਕਰੋ ਔਰ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੰਜੋਏ ਕਰਨ ਲਈ ਕੱਲ੍ਹ, ਐਕਚੁਅਲੀ ਮੈਂ ਨਹੀਂ ਆ ਸਕਾਂਗੀ, ਦਾਦੀ ਜੀ ਕਹਿੰਦੇ ਮੈਂ ਆਉਣਾ, ਸੋ ਕੱਲ੍ਹ ਦਾ ਦਿਨ ਮੇਰੇ ਤੁਸੀਂ ਜ਼ਰਾ ਪਲੀਜ਼ ਝੇਲ ਲਿਓ ਰਿਸ਼ਤੇਦਾਰਾਂ ਨੂੰ, ਉਦੋਂ ਤੱਕ ਲਈ ਮੇਰੇ ਯਾਨੀ ਗੁਲਾਬੋ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।